ਪੰਜਾਬੀ ਦੇਖਦੇ ਸਾਇਦ ਅਸ਼ਕਾਨੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਕਰਨਾ ਚਾਹੁੰਦੀ ਹਾਂ ਜੋ ਸਾਨੂੰ ਇੱਕ ਪ੍ਰੋਬਲਮ ਵੀ ਪੋਜ਼ ਕਰਦਾ ਹੈ ਸਾਡੇ ਲਈ ਸਾਡੇ ਲਈ ਸਵਾਲ ਵੀ ਕੁਝ ਉੱਠਦੇ ਇਸ ਪ੍ਰੋਬਲਮ ਦੇ ਵਿੱਚ ਤੇ ਕੋਈ ਸੋਲੂਸ਼ਨ ਅੱਜ ਦੀ ਡੇਟ ਵਿੱਚ इजीली ਆਈਡੈਂਟੀਫਾਇਅਬਲ ਨਹੀਂ ਹੈਗਾ ਇਨ ਰਿਗਾਰਡਸ ਟੂ ਦਿਸ ਪ੍ਰੋਬਲਮ ਵਾਂਸ ਅਗੇਨ ਇਟਸ ਵੈਰੀ ਡਿਫਿਕਲਟ ਕਿ ਆਪਾਂ ਕੋਈ ਡਿਸਕਸ਼ਨ ਅਮ ਕਰੀਏ ਟਾਪਿਕ ਦੀ ਜੋ ਕਿਸੇ ਨਾ ਕਿਸੇ ਤਰ੍ਹਾਂ ਕਰੋਨਾ ਵਾਇਰਸ ਦੇ ਸੰਬੰਧਤ ਨਾ ਹੋਏ ਅਮ ਤੁਸੀਂ ਸ਼ਾਇਦ ਨਿਊਜ਼ ਸੁਣੀ ਹੋਏਗੀ ਯੂਨਾਈਟਿਡ ਸਟੇਟਸ ਤੋਂ ਪਹਿਲੀ ਫਲਾਈਟ ਵਨ ਆਫ ਦਾ ਫਰਸਟ ਫਲਾਈਟਸ ਨਿਊਯਾਰਕ 에ਰਪੋਰਟ ਤੋਂ ਸੰਡੇ ਨੂੰ ਹੀ ਨਿਕਲੀ ਸੀ ਜੋ ਵਾਪਸ ਇੰਡੀਆ ਲਈ ਗਈ ਹੈ ਹੁਣ ਇੰਡੀਅਨ ਰੈਜ਼ੀਡੈਂਟਸ ਨੂੰ ਲੈ ਕੇ ਜੋ ਯੂਨਾਈਟਿਡ ਸਟੇਟਸ ਵਿੱਚ ਸਟ੍ਰੈਂਡਡ ਸੀਗੇ ਅਮ ਉਹ ਪਹਿਲੀ ਫਲਾਈਟ ਸੰਡੇ ਨੂੰ ਗਈ ਹੈ ਸੋ ਅਮ ਦਾ ਵਰਲਡ ਇਜ਼ ਹੌਲੀ ਹੌਲੀ ਰੀ ਹੋ ਰਿਹਾ ਹੈ ਜੋ ਟ੍ਰੈਵਲ ਰੈਸਟ੍ਰਿਕਸ਼ਨ ਸਿਗੀਆਂ ਉਹ ਸਲੋਲੀ ਲਿਫਟ ਹੋ ਰਹੀਆਂ ਲੋਕੀ ਜੋ ਨਹੀਂ ਮੂਵ ਕਰ ਪਾਰੇ ਸੀ ਉਹ ਹੁਣ ਟ੍ਰੈਵਲ ਹੌਲੀ ਹੌਲੀ ਕਰ ਰਹੇ ਆ ਤੇ ਜਦੋਂ ਇੰਟਰਨੈਸ਼ਨਲ ਟਰੈਵਲ ਦੀ ਗੱਲ ਆਉਂਦੀ ਹੈ ਆਮ ਕਰੋਨਾ ਵਾਇਰਸ ਦੇ ਇਸ ਪੈਂਡੈਮਿਕ ਦੇ ਦੌਰਾਨ ਆਮ ਡਿਫਰੈਂਟ ਕੰਟਰੀਜ਼ ਡਿਫਰੈਂਟ ਟੈਕਨੋਲੋਜੀਜ਼ ਨੂੰ ਇਸਤੇਮਾਲ ਕਰ ਰਹੇ ਤਾਂ ਕਿ ਉਹ ਆਪਣੀ ਪੋਪੂਲੇਸ਼ਨ ਨੂੰ ਆਪਣੇ ਵਰਕਰਸ ਨੂੰ ਸੇਫ ਰੱਖਣ ਇਸ ਮਹਾਮਾਰੀ ਤੋਂ ਜਿੱਥੇ ਸਾਡੀ ਜਦੋਂ ਇਸ ਹੈਲਥ ਕ੍ਰਾਈਸਿਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਕੀ ਚੀਜ਼ ਹੈਗੀ ਉਹ ਦੀ ਗੱਲ ਆਉਂਦੀ ਆਫ ਕੌਰਸ ਹੈਲਥ ਕ੍ਰਾਈਸਿਸ ਹੈ ਉਹ ਹੈਲਥ ਰਿਲੇਟਡ ਜੋ ਸੋਲੂਸ਼ਨਸ ਹਨ ਉਹੀ ਪ੍ਰਾਇੋਰਟੀ ਲੈਂਦੇ ਆ ਜਿਸ ਤਰ੍ਹਾਂ ਆਪਾਂ ਵੈਕਸੀਨ ਜਾਂ ਕੋਈ ਟ੍ਰੀਟਮੈਂਟ ਦੀ ਗੱਲ ਕਰ ਰਹੇ ਆ ਥੈਟ ਇਜ਼ ਆਫਕੋਰਸ ਜਿਸ ਤਰ੍ਹਾਂ ਆ ਪ ਕਹਿ ਸਕਦੇ ਸਭ ਤੋਂ ਅਰਜੈਂਟ ਪ੍ਰਾਇੋਰਟੀ ਆਮ ਹੈਲਥ ਕ੍ਰਾਈਸਿਸ ਦੀ ਜੋ ਹੈਲਥ케ਅਰ ਰਿਸਪੌਂਸ ਹੈ ਉਹਦੇ ਬਾਅਦ ਸੈਕੰਡਰੀ ਚੀਜ਼ ਆ ਜਾਂਦੀ ਇਕਨੋਮਿਕ ਕ੍ਰਾਈਸਿਸ ਐਂਡ ਉਹਦੇ ਲਈ ਆਮ ਪਾਵਰ ਗਵਰਨਮੈਂਟਸ ਯਾ ਬਿਜ਼ਨੈਸਸੇਸ ਯਾ ਵੱਖ-ਵੱਖ ਆਰਗੇਨਾਈਜੇਸ਼ਨਸ ਵੱਲੋਂ ਆਮ ਇਕਨੋਮਿਕ ਰਿਸਪੌਂਸ ਸਾਨੂੰ ਦੇਖਣ ਨੂੰ ਮਿਲ ਰਿਹਾ ਪਿਛਲੇ ਕੁਝ ਹਫ਼ਤਿਆਂ ਤੋਂ ਆਮ ਬਤ that brings me to my next point jehdi gal apan ajj karan ja rahe ha jithe testing tonu dass sakdi hai agar tusi positive ho ya covid lai nahi tusi positive hege tonu nahi hega virus am othe testing da jo second step hega o hai ki contact tracing uh, contact tracing yani ke jis tarah agar tusi ke tusi test leta hai tusi covid de positive lik leyo ਕੰਟੈਕਟ ਟ੍ਰੇਸਿੰਗ ਉਹਦਾ ਅਗਲਾ ਸਟੈਪ ਇਹ ਡਿਟਰਮਾਈਨ ਕਰੂਗਾ ਤੁਸੀਂ ਕਿਸ ਹੋਰ ਬੰਦਿਆਂ ਨਾਲ ਮਿਲੇ ਕਿਹਨਾਂ ਦੇ ਨਾਲ ਤੁਸੀਂ ਕੰਟੈਕਟ ਵਿੱਚ ਆਏ ਤਾਂ ਕਿ ਫਿਰ ਉਹਨਾਂ ਨੂੰ ਨੈਕਸਟ ਟੈਸਟਿੰਗ ਕਰਨੀ ਚਾਹੀਦੀ ਹੈ ਰਾਈਟ ਐਂਡ ਇਸ ਤਰ੍ਹਾਂ ਤੁਸੀਂ ਆਈਡੈਂਟੀਫਾਈ ਕਰ ਸਕਦੇ ਹੋ ਕਿ ਕਿਸ ਏਰੀਆ ਵਿੱਚ ਇੱਕ ਇੰਡੀਵਿਜੂਅਲ ਨੂੰ ਲੈ ਕੇ ਕਿੰਨੀ ਇਚੀ ਸਪਰੈਡ ਹੋਈ ਹੈ ਐਂਡ ਜਿੱਥੇ ਤੁਹਾਨੂੰ ਪੋਜ਼ਿਟਿਵ ਟੈਸਟ ਮਿਲਦੇ ਉਥੇ ਤੁਸੀਂ ਆਈਸੋਲੇਟ ਕਰਕੇ ਉਸ ਚੀਜ਼ ਨੂੰ ਰੋਕ ਸਕਦੇ ਹੋ ਸਪਰੈਡ ਹੋਣ ਤੋਂ ਆਮ ਇਹ ਜੋ ਕੰਟੈਕਟ ਟ੍ਰੇਸਿੰਗ ਹੈ ਵੱਖ-ਵੱਖ ਕੰਟਰੀਜ਼ ਜੋ ਕੋਰੋਨਾ ਵਾਇਰਸ ਦਾ ਰਿਸਪਾਂਸ ਵਿੱਚ ਯੂਨਾਈਟਿਡ ਸਟੇਟਸ ਤੋਂ ਅੱਗੇ ਸੀਗੇ ਆਮ ਉਹਨਾਂ ਨੇ ਕੰਟੈਕਟ ਟ੍ਰੇਸਿੰਗ ਨੂੰ ਕਰਨ ਲਈ ਆਮ ਡਿਫਰੈਂਟ ਚੀਜ਼ਾਂ ਯੂਜ਼ ਕੀਤੀਆਂ ਕਈ ਲੋਕਾਂ ਨੇ ਮੈਨ ਲੈਡ ਅਫਰਟਸ ਯੂਜ਼ ਕੀਤੀਆਂ ਗਵਰਨਮੈਂਟ ਅਫੀਸ਼ੀਅਲਸ ਮੈਡੀਕਲ ਪ੍ਰੋਫੈਸ਼ਨਲਸ ਤੇ ਕਈ ਕੰਟਰੀਜ਼ ਨੇ ਮੋਬਾਈਲ ਐਪਲੀਕੇਸ਼ਨਸ ਯੂਜ਼ ਕੀਤੀਆਂ ਜਿਸ ਤਰ੍ਹਾਂ ਚਾਈਨਾ ਜਪਾਨ ਸਾਊਥ ਕੋਰੀਆ ਸਿੰਗਾਪੁਰ ਇਵਨ ਇੰਡੀਆ ਅੰਜਤੰਦਿਆ ਦੀ ਗੱਲ ਆਂਦੀ ਹੈ ਇੰਡੀਆ ਵਿੱਚ ਜੋ ਅੱਜ ਖਬਰ ਲਿਕਲੀ ਹੈ ਜੋ ਇੰਡੀਆ ਦੀ ਮੋਬਾਈਲ ਐਪਲੀਕੇਸ਼ਨ ਹੈਗੀ ਹੈ ਰੋਗ ਜਾਂ ਸੇਤੂ ਆਮ ਉਹਨਾਂ ਨੇ ਹੁਣ ਮੰਡੀਟਰੀ ਕਰਤਾ ਹੈ ਇਸ ਐਪਲੀਕੇਸ਼ਨ ਦੀ ਇਸਤੇਮਾਲ ਨੂੰ ਅਗਰ ਤੁਸੀਂ ਕੋਈ ਵੀ ਇੰਡੀਆ ਵਿੱਚ ਰੇਲਵੇਜ਼ ਨੂੰ ਯੂਜ਼ ਕਰਨਾ ਹੈ ਇਹ ਐਪਲੀਕੇਸ਼ਨ ਮੋਬਾਈਲ ਐਪ ਆਲਰੇਡੀ ਮੰਡਟਰੀ ਸੀਗੀ ਹਰ ਇੱਕ ਗਵਰਨਮੈਂਟ EMPLOYE ਲਈ ਪਬਲਿਕ ਤੇ ਪ੍ਰਾਈਵੇਟ ਸੈਕਟਰ ਵਰਕਰਸ ਲਈ ਤੇ ਅੱਜ ਉਹਨਾਂ ਨੇ ਅਨਾਉਂਸ ਕੀਤਾ ਹੈ ਤੇ ਕੋਈ ਵੀ ਟ੍ਰਾਈਂਗ ਟੂ ਯੂਜ਼ ਦੀ ਰੇਲਵੇਜ਼ ਉਹਨਾਂ ਨੂੰ ਵੀ ਇਹ ਐਪਲੀਕੇਸ਼ਨ ਡਾਊਨਲੋਡ ਆਪਣੇ ਫੋਨ ਤੇ ਕਰਕੇ ਉਹਦੇ ਵਿੱਚ ਇਨਫੋਰਮੇਸ਼ਨ ਮੰਡਟਰੀ ਤਰੀਕੇ ਤੇ ਪਾਣੀ ਪਾਉਗੀ ਇਹ ਇਹਦੇ ਵਿੱਚ ਇਹ ਵੀ ਉਹਨਾਂ ਨੇ ਕਿਹਾ ਹੈ ਕਿ ਮੋਸਟ ਲਾਈਕਲੀ ਕੋਈ ਵੀ ਫਲਾਈਟਸ ਨੂੰ ਜੋ ਇਸਤੇਮਾਲ ਕਰਨਗੇ ਇੰਡੀਵਿਜੂਅਲਸ ਉਹਨਾਂ ਨੂੰ ਵੀ ਇਸ ਐਪਲੀਕੇਸ਼ਨ ਨੂੰ ਯੂਜ਼ ਕਰਨਾ ਪਊਗਾ ਐਂਡ ਵਾਂਸ ਅਗੇਨ ਦਿਸ ਇਜ਼ ਮੰਡਟਰੀ ਅਮ ਸੋ ਇੱਥੇ ਦੋ ਤਿੰਨ ਸਵਾਲ ਉੱਠਦੇ ਆ ਤੁਹਾਡੇ ਲਈ ਦ ਫਰਸਟ ਵਨ ਬੀਇੰਗ ਜਦੋਂ ਤੁਸੀਂ ਕਿਸੇ ਡਾਕਟਰ ਕੋਲ ਜਾਂਦੇ ਹੋ ਔਰ ਡਾਕਟਰ ਦੇ ਆਫਿਸ ਵਿੱਚ ਜਾਂ ਡਾਕਟਰ ਦੀ ਵਿਜ਼ਿਟ ਦੇ ਨਾਲ ਤੁਹਾਨੂੰ 10 ਸਵਾਲ ਪੁੱਛਦੇ ਆ ਪ੍ਰਾਈਵੇਟ ਸਵਾਲ ਤੁਹਾਡੀ ਹੈਲਥ ਬਾਰੇ ਤੁਹਾਡੀ ਪਰਸਨਲ ਲਾਈਫ ਬਾਰੇ ਤੁਹਾਡੀ ਪਰਸਨਲ ਰਹਿਣ ਦੇ ਚੁਆਇਸਿਸ ਬਾਰੇ ਤੁਸੀਂ ਕਿਸ ਤਰ੍ਹਾਂ ਰਹਿ ਰਹੇ ਹੋ ਆਮ ਐਂਡ ਮੋਸਟ ਆਫ ਦਾ ਟਾਈਮ ਤੁਸੀਂ ਉਹ ਇਨਫੋਰਮੇਸ਼ਨ ਖੁਸ਼ੀ ਨਾਲ ਸ਼ੇਅਰ ਕਰਦੇ ਹੋ ਬਿਕੋਜ਼ ਤੁਹਾਨੂੰ ਇੱਕ ਤਾਂ ਇਹ ਪਤਾ ਹੈ ਕਿ ਇਹ ਇਨਫੋਰਮੇਸ਼ਨ ਤੁਸੀਂ ਡਾਕਟਰ ਨੂੰ ਦੱਸਣੀ ਹੈ ਤੇ ਐਕਿਊਰਟਲੀ ਦੱਸਣੀ ਹੈ ਬਿਕੋਜ਼ ਤੁਹਾਡੀ ਹੈਲਥ ਉਹਦੇ ਤੇ ਡਿਪੈਂਡੈਂਟ ਹੈ ਤੁਹਾਡੀ ਹੈਲਥ ਕੇਅਰ ਉਹਦੇ ਤੇ ਡਿਪੈਂਡੈਂਟ ਹੈ ਦੂਜੀ ਤਰਫ ਤੁਸੀਂ ਇਹ ਇਨਫੋਰਮੇਸ਼ਨ ਇਸ ਲਈ ਸ਼ੇਅਰ ਕਰਦੇ ਹੋ ਉਹਨਾਂ ਦੇ ਨਾਲ ਬਿਕੋਜ਼ ਤੁਹਾਨੂੰ ਕੌਨਫੀਡੈਂਸ ਹੈਗਾ ਕਿ ਇਹ ਇਨਫੋਰਮੇਸ਼ਨ ਆਮ ਕਿਸੇ ਗਲਤ ਹੱਥਾਂ ਵਿੱਚ ਨਹੀਂ ਯੂਜ਼ ਹੋਏਗੀ ਕਿਸੇ ਗਲਤ ਐਂਟੀਟੀ ਕੋਲ ਨਹੀਂ ਪਹੁੰਚੇਗੀ ਉਹਦਾ ਕੋਈ ਅਬਿਊਜ਼ ਨਹੀਂ ਹੋਏਗਾ ਆਮ ਯੂ نو ਇਨ ਦਾ ਯੂਨਾਈਟਿਡ ਸਟੇਟਸ ਜੋ ਤੁਹਾਡੀ ਹੈਲਥ케ਅਰ ਰਿਲੇਟਿਡ ਇਨਫੋਰਮੇਸ਼ਨ ਤੁਸੀਂ ਕਿਸੇ ਵੀ ਹੈਲਥ케ਅਰ ਪ੍ਰੋਫੈਸ਼ਨਲ ਨਾਲ ਸ਼ੇਅਰ ਕਰਦੇ ਹੋ ਉਹ ਪ੍ਰੋਟੈਕਟਿਡ ਹੈਗੀ ਇੱਥੇ ਦੇ ਹਿਪਾ ਲਾਅ ਦੇ ਅੰਡਰ ਹਿਪਾ ਲਾਅ ਇਜ਼ ਦੈਟ ਸਟੈਂਡਸ ਫਾਰ ਹੈਲਥ insurance a uh, portability and accountability act but joda short form hai ga oh basically tonu eh pata hona chahida hai eh law tonu protect karda hai ki jo bhi information tusi health care provider ya professional nal share kardeo oh unna tak hi raho gi oh safe hai gi अगर उनू कोई चोरी ਕਰਦਾ दैट इज ਇਲੀਗਲ um ਸੇਮ ਐਜ਼ ਜਦੋਂ ਕੋਈ ਤੁਹਾਡੇ ਨਾਲ ਕ੍ਰੈਡਿਟ ਕਾਰਡ ਫਰਾਡ ਕਰਦਾ ਜਾਂ ਕੋਈ ਸਕੈਮ ਤੁਹਾਨੂੰ ਕਿਸੇ ਵੀ ਚੀਜ਼ ਦਾ ਟੈਕਸ ਦਾ ਸਕੈਮ ਕੁਝ ਇਹੋ ਜੀ ਤੁਹਾਡੇ ਨਾਲ ਹੁੰਦੀ ਹੈ ਇਸ ਸੇਮ ਥਿੰਗ ਯੂਰ ਹੈਲਥ케어 ਇਨਫੋਰਮੇਸ਼ਨ um ਇਸ ਪ੍ਰੋਟੈਕਟਿਡ ਬਾਈ ਥਿਸ ਲਾ ਇਨ ði ਯੂਨਾਈਟਿਡ ਸਟੇਟਸ बट वो आर अबाउट जो यूएस छड़ के किसी होंट्री जाते हो अस्पैशली नाउ विदमिक अवैंशुअली जो ट्रैवल रिसट्रिकशनसन जरूर लिफ्ट होगी अवैंशुअली भावे इस साल या अगले दो तीन महीनों च नहीं बट एवेंचुअली यू विल ट्रैवल टू कंट्रीज लाइक इंडिया एंड अगर इन कंट्रीज मैंडेटोरी कोई एप्लीकेशन थोड़ी इंफॉर्मेन कलैक्ट कर रही है तो उस चीज़ बारे की अवेयरनेस uh, शुरू तो होनी चाहिए किस तरह तुम अपने आपू प्रोटैक्ट कर सकते हो ताकि जो ये प्राइवेट इंफोरमेन हैगीसनल डेटा हैल्थ केयर रिलेटिड डेटा वो किसी गलत ऑर्गनाइजेशन um, uh, या गलत ओर कोई अब्यूज़ ना होए um, उस चीज़ लेंड वंस अगैन दिस इज़ समथिंग शायद अज कोई इस चीज़ बारे ज़्यादा गल नहीं कर रहा बिकॉज़ ये कोई प्रायोरिटी दौरते नहीं एमरज um, हो रही ਬੜਾ ਇਹ ਮਤਲਬ ਨਹੀਂ ਥੈਟ ਇਸ ਇਸ਼ੂ ਦੇ ਲੌਂਗ ਟਰਮ ਕਨਸੀਕਵੈਂਸਸ ਨਹੀਂ ਹੋ ਸਕਦੇ ਫੋਰ ਇਗਜ਼ਾਮਪਲ 911 ਤੇ ਬਾਅਦ ਕਿੰਨੀ ਜਿਆਦਾ ਸੇਫਟੀ ਸਿਕਿਉਰਿਟੀ ਪ੍ਰਕਾਸ਼ਨਸ ਜੋ ਤੁਸੀਂ ਟਰੈਵਲ ਕਰਦੇ ਹੋ ਤੁਹਾਨੂੰ ਫੇਸ ਕਰਨੀ ਪੈਂਦੀਆਂ ਬਟ ਯੂ نو ਕੋਈ ਹੁਣ ਉਸ ਚੀਜ਼ ਨੂੰ ਜ਼ਿਆਦਾ ਸੋਚਦਾ ਨਹੀਂ ਹੈਗਾ ਬਿਕਾਜ਼ ਯੂ ਥਿੰਕ ਥੈਟ ਨਹੀਂ ਸਾਡੀ ਸੇਫਟੀ ਇਸ ਚੀਜ਼ ਤੇ ਡਿਪੈਂਡ ਕਰਦੀ ਹੈ রাইਟ ਅਮ ਯੂ ਡੂ ਇਟ ਅਗਰ ਤੁਹਾਨੂੰ ਆਪਣੇ ਸ਼ੂਜ਼ 에어ਪੋਰਟ ਵਿੱਚ ਲਾਣੇ ਪੈਣ ਤਾਂ ਤੁਸੀਂ ਉਹ ਵੀ ਕਰਦੇ ਹੋ ਜੋ ਸਾਡੇ ਸਿੱਖ ਹੈਗੇ ਉਹਨਾਂ ਦੇ ਅਮ ਜੋ ਸਾਡੇ ਰਿਲੀਜੀਅਸ ਫਰੀਡਮਸ ਐਂਡ ਉਹ ਤੱਕ ਅਮ ਇਸ ਚੀਜ਼ ਦੇ ਨਾਲ ਇੰਪੈਕਟ ਹੋਈਆਂ ਬਟ ਫਿਰ ਵੀ ਸਾਨੂੰ ਉਸ ਚੀਜ਼ ਨੂੰ ਝੇਲਣਾ ਪੈਂਦਾ ਹੈ ਤੇ ਇਹ ਤਾਂ ਚਲੋ ਤੁਹਾਡੀ ਪਰਸਨਲ ਫਰੀडम ਤੁਹਾਡੀ ਪਰਸਨਲ ਤੁਹਾਡੀ ਰਿਲੀਜੀਅਸ ਫਰੀਡਮਸ ਦੀ ਗੱਲ ਹੋਈ ਜਿੱਥੇ ਤੁਹਾਡੀ ਹੈਲਥ케ਅ ਦੀ ਇਨਫੋਰਮੇਸ਼ਨ ਆਉਂਦੀ ਹੈ ਉਹ ਇਨਫੋਰਮੇਸ਼ਨ ਕਿੰਨੀ ਹੋ ਜ਼ਿਆਦਾ ਸੈਂਸਿਟਿਵ ਹੈਗੀ ਐਂਡ ਅਗਰ ਉਹ ਕਿਸੇ ਥਾਂ ਤੇ ਕਲੈਕਟ ਹੋ ਰਹੀ ਹੈ ਹੈ ਆਮ ਨਾ ਕਿ ਕਿਸੇ ਹੈਲਥ ਕੇਅਰ ਪ੍ਰੋਫੈਸ਼ਨਲ ਦੇ ਨਾਲ ਬਟ ਕੋਈ ਟੈਕਨੋਲੋਜੀ ਕੰਪਨੀ ਦੇ ਨਾਲ ਜਾਂ ਕੋਈ ਗਵਰਨਮੈਂਟ ਦੇ ਨਾਲ ਤੇ ਤੁਹਾਨੂੰ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਇਹ ਦੇ ਲੌਂਗ ਟਰਮ ਨੈਗੇਟਿਵ ਇੰਪੈਕਟ ਸਾਡੇ ਤੇ ਕੀ ਹੋ ਸਕਦੇ ਹਨ ਜੋ ਸ਼ਾਇਦ ਅਗਰ ਆਪਾਂ ਅੱਜ ਸਮਝ ਸਕਦੇ ਆ ਦੈਨ ਮੇਬੀ ਵੀ ਕੈਨ ਅਵੋਇਡ ਸਮ ਆਫ ਦੋਸ ਕਨਸੀਕਵੈਂਸਸ ਬਟ ਗੱਲ ਇਸੇ ਤਰ੍ਹਾਂ ਜਾਰੀ ਰਹੇਗੀ ਇਹ ਪ੍ਰੋਗਰਾਮ ਬਿਲਕੁਲ ਲਾਈਵ ਜਾ ਰਿਹਾ ਮੈਂ ਚਾਹਨੀ ਹੈ ਤੁਸੀਂ ਵੀ ਕਾਲ ਕਰਕੇ ਮੈਨੂੰ ਦੱਸੋ ਕਿ ਤੁਹਾਡੇ ਕੀ ਖਿਆਲ ਹਨ ਇਸ ਚੀਜ਼ ਬਾਰੇ ਅਗਰ ਲੈਟਸ ਸੇ ਤੁਸੀਂ ਇੰਡੀਆ ਜਾਂਦੇ ਹੋ ਆਉਣ ਵਾਲੇ ਸਮੇਂ ਵਿੱਚ ਇਹਨਾਂ ਉਥੇ ਤੁਹਾਨੂੰ ਕਹਿੰਦੇ 에어ਪੋਰਟ ਦੇ ਵਿੱਚ ਕਿ ਤੁਸੀਂ ਪਲੇਨ ਤੋਂ ਨਿਕਲ ਨਹੀਂ ਸਕਦੇ ਤੁਹਾਨੂੰ ਇਹ ਐਪ ਡਾਊਨਲੋਡ ਕਰਨੀ ਪਾਉਗੀ ਆਪਣੀ ਸਾਰੀ ਪ੍ਰਾਈਵੇਟ ਹੈਲਥ ਇਨਫੋਰਮੇਸ਼ਨ ਇਹਦੇ ਵਿੱਚ ਤੁਸੀਂ ਤੁਹਾਨੂੰ ਪਾਣੀ ਪੀਣੀ ਹੈ ਤੇ ਤੁਸੀਂ ਪਲੇਨ ਨੂੰ ਛੱਡੀ ਤੱਕ ਸਕਦੇ ਹੋ ਜਦੋਂ ਤੁਸੀਂ ਇਸ ਐਪ ਨੂੰ ਡਾਊਨਲੋਡ ਕਰਕੇ ਇਸ ਐਪ ਨੇ ਤੁਹਾਨੂੰ ਗ੍ਰੀਨ ਲਾਈਨ ਦਿੱਤੀ ਤਦ ਹੀ ਤੁਸੀਂ ਪਲੇਨ ਤੋਂ ਨਿਕਲ ਸਕਦੇ ਹੋ ਆਦਰਵਾਇਸ ਤੁਹਾਡੀ ਐਂਟਰੀ ਨਹੀਂ ਹੋ ਸਕਦੀ ਇਮੇਜਿਨ ਦੈਟ ਸਿਨੈਰੀਓ ਇਹ ਸਿਨੈਰੀਓ ਹੋ ਸਕਦਾ ਹੈ this is something that is a very real possibility um aan wale samay vich sanu dekhan nu mil sakda hai ki ik application jo na ke healthcare provider to regulated hai gi na koi independent body to regulated hai ik government ya ik technology company us cheez nu control kar rahi hai and oh taadi sari private information nu leke agge ohde naal ki kar reha sanu nahi pata ਸੋ ਇਸੇ ਤਰ੍ਹਾਂ ਆਪਾਂ ਡਿਸਕਸ ਕਰਾਂਗੇ ਇਸ ਟੌਪਿਕ ਨੂੰ ਅੱਜ ਤੁਸੀਂ ਜ਼ਰੂਰ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਆਂ ਗੱਲ ਇਸ ਤਰ੍ਹਾਂ ਚੱਈ ਰਹੂਗੀ ਬ੍ਰੇਕ ਤੋਂ ਉਸ ਬਾਅਦ ਬ੍ਰੇਕ ਤੋਂ ਬਾਅਦ ਸਾਰੇ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਮੈਂ ਤੁਹਾਡੀ ਹੋਸਟ ਆਸ਼ਮੇਤਾ ਗੱਲ ਹੋ ਰਹੀ ਹੈ ਤੁਹਾਡੀ ਇੱਕ ਪਰਸਨਲ ਪੋਜੀਸ਼ਨ ਦੀ ਅਮ ਜਿੱਥੇ ਤੁਸੀਂ ਆਪਣੇ ਸ਼ਾਇਦ ਆਪਣੀ ਗੱਡੀ ਨੂੰ ਆਪਣੇ ਘਰ ਨੂੰ ਆਪਣੇ ਅਮ ਪੋਜੀਸ਼ਨਸ ਨੂੰ ਆਪਣੀ ਚੀਜ਼ਾਂ ਨੂੰ ਤੁਸੀਂ ਖਿਆਲ ਰੱਖਦੇ ਹੋ ਉਹਨਾਂ ਨੂੰ ਪ੍ਰੋਟੈਕਟ ਕਰਦੇ ਹੋ ਉਹਨਾਂ ਨੂੰ ਮੇਨਟੇਨ ਕਰਦੇ ਹੋ ਅਮ ਯੂ نو ਉਸੇ ਤਰ੍ਹਾਂ ਤੁਹਾਨੂੰ ਸੋਚਣਾ ਚਾਹੀਦਾ ਕਿ ਜੋ ਤੁਹਾਡੀ ਪਰਸਨਲ ਇਨਫੋਰਮੇਸ਼ਨ ਹੈਗੀ ਅਮ ਉਹ ਕਿਸ ਤਰ੍ਹਾਂ ਇਨ ਦਾ ਬੈਕ ਕਿਸ ਤਰ੍ਹਾਂ ਉਹ ਕਲੈਕਟ ਹੋ ਰਹੀ ਹੈ ਕਿਸ ਤਰ੍ਹਾਂ ਉਹ ਯੂਜ਼ ਹੋ ਰਹੀ ਹੈ ਕੌਣ ਉਹਨਾਂ ਨੂੰ ਯੂਜ਼ ਕਰ ਰਿਹਾ ਹੈ ਕੌਣ ਉਹਨਾਂ ਤੇ ਪ੍ਰੋਫਿਟ ਬਣਾ ਰਿਹਾ ਹੈ ਕੌਣ ਉਹਨਾਂ ਨੂੰ ਅਬਿਊਜ਼ ਕਰ ਰਿਹਾ ਹੈ ਤੇ ਕੀ ਤੁਹਾਨੂੰ ਖਤਰਾ ਹੋ ਸਕਦਾ ਹੈ ਜੇਕਰ ਤੁਹਾਡੀ ਇਨਫੋਰਮੇਸ਼ਨ ਗਲਤ ਹੱਥਾਂ 'ਚ ਪਹੁੰਚਦੀ ਹੈ ਤੇ ਜਿੱਥੇ ਇਨਫੋਰਮੇਸ਼ਨ ਦੀ ਗੱਲ ਆਉਂਦੀ ਹੈ ਆਮ ਨਾਟ ਜਸ ਟਾਕਿੰਗ ਅਬਾਊਟ ਤੁਹਾਡਾ ਸੋਸ਼ਲ ਸਿਕਿਉਰਿਟੀ ਨੰਬਰ ਜਾਂ ਤੁਹਾਡੇ ਡੇਟ ਆਫ ਬਰਥ ਜਾਂ ਤੁਹਾਡੀ ਯੂ نو ਈਮੇਲ ਦਾ ਪਾਸਵਰਡ ਜਾਂ ਬੈਂਕ ਅਕਾਊਂਟ ਦੀ ਇਨਫੋਰਮੇਸ਼ਨ ਰਾਈਟ ਅਮ ਇਹ ਤਾਂ ਜੋ ਅੱਜ ਦੀ ਡੇਟ ਵਿੱਚ ਨਾਰਮਲ ਸਾਡੀ ਅੰਡਰਸਟੈਂਡਿੰਗ ਸੀਗੀ ਜੋ ਤੁਹਾਡਾ ਪਰਸਨਲ ਡਾਟਾ ਹੈ ਅਮ ਇਹ ਚੀਜ਼ਾਂ ਦੇ ਵਿੱਚ ਅ ਅਬਿਊਜ਼ ਹੋ ਸਕਦਾ ਹੈ ਜਾਂ ਤੁਹਾਨੂੰ ਫਰਾਡ ਹੋ ਸਕਦਾ ਹੈ ਜਾਂ ਕੁਝ ਤੁਹਾਨੂੰ ਸਕੈਮ ਹੋ ਸਕਦਾ ਹੈ ਅਮ ਅੱਜ ਇੱਕ ਸਾਡੇ ਲਈ ਨਵੀਂ ਪ੍ਰੋਬਲਮ ਜਾਂ ਨਵੀਂ ਸਿਚੁਏਸ਼ਨ ਅਮ ਇਸ ਐਟਮੋਸਫੇਅਰ ਵਿੱਚ ਕ੍ਰੀਏਟ ਹੋ ਰਹੀ ਹੈ ਉਹ ਹੈਗੀ ਤੁਹਾਡੀ ਜੋ ਪਰਸਨਲ ਹੈਲਥ ਇਨਫੋਰਮੇਸ਼ਨ ਹੈ ਉਹਨੂੰ ਲੈ ਕੇ ਅਮ ਵੱਖ-ਵੱਖ ਕੰਟਰੀਜ਼ ਅੱਜ ਦੀ ਡੇਟ ਵਿੱਚ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਇੰਪਲੀਮੈਂਟ ਕਰ ਰਹੇ ਹਨ ਕੋਰੋਨਾ ਵਾਇਰਸ ਕੰਟੈਕਟ ਟ੍ਰੇਸਿੰਗ ਮੋਬਾਈਲ ਐਪਲੀਕੇਸ਼ਨਸ ਮੋਬਾਈਲ ਐਪ ਜਿਸ ਤਰ੍ਹਾਂ WhatsApp ਜਾਂ Facebook ਜਾਂ ਹੋਰ ਤੁਹਾਡੇ ਫੋਨ ਤੇ ਵੱਖ-ਵੱਖ ਐਪਸ ਹੁੰਦੀਆਂ ਇਸੇ ਤਰ੍ਹਾਂ ਡਿਫਰੈਂਟ ਕੰਟਰੀਜ਼ ਐਕਸਪੈਰੀਮੈਂਟ ਕਰ ਰਹੇ ਆ ਕਈਆਂ ਨੇ ਸਕਸੈਸ ਦੇਖਿਆ ਹੈ ਕਈਆਂ ਨੇ ਨਹੀਂ ਸਕਸੈਸ ਦੇਖਿਆ ਇਸ ਚੀਜ਼ ਦੇ ਨਾਲ ਅਮ ਇੱਕ ਮੋਬਾਈਲ ਐਪਲੀਕੇਸ਼ਨ ਦੇ ਜ਼ਰੀਏ ਇਸ ਚੀਜ਼ ਨੂੰ ਆਈਡੈਂਟੀਫਾਈ ਕਰਨਾ ਕਿ ਕਿਸੇ ਵੀ ਏਰੀਆ ਦੇ ਵਿੱਚ ਅਮ ਕਰੋਨਾ ਵਾਇਰਸ ਕਿਸ ਤਰ੍ਹਾਂ ਸਪਰੈਡ ਹੋ ਰਿਹਾ ਹੈ ਇਹਨੂੰ ਰੋਕਣ ਲਈ ਅਮ ਯੂ نو ਇਨ ਥਿਉਰੀ this is a good thing agar tusi theoretically nu socho idea vadiya hai i mean idea solid hai right but oh the execution kis tarah ho rahi hai saadi problem ohde naal hai um us execution de vich tonu ki khatra ho sakda saada ਡਿਸਕਸ਼ਨ ਉਸ ਟਾਪਿਕ ਤੇ ਅੱਜ ਹੋ ਰਹੀ ਹੈ ਅਮ ਇਨ ਥਿਰੀ ਆਈਡੀਆ ਦੇ ਵਿੱਚ ਇਹ ਜੋ ਕਰੋਨਾ ਵਾਇਰਸ ਟਰੈਕਿੰਗ ਐਪਲੀਕੇਸ਼ਨ ਮੋਬਾਈਲ ਐਪਲੀਕੇਸ਼ਨਸ ਹੈਗੀਆਂ ਜੋ ਐਗਜ਼ਿਸਟ ਕਰਦੀਆਂ ਅੱਜ ਦੀ ਡੇਟ ਵਿੱਚ ਉਹ ਅਲਾਉ ਕਰ ਸਕਦੀਆਂ ਕਿਸੇ ਵੀ ਗਵਰਨਮੈਂਟ ਨੂੰ ਅਮ ਕੁਇਕਲੀ ਆਈਡੈਂਟੀਫਾਈ ਤੇ ਨੋਟੀਫਾਈ ਕਰਨ ਲਈ ਕਿ ਕੋਈ ਬੰਦਾ ਅਗਰ ਕੋਵਿਡ ਦੇ ਨਾਲ ਪੋਜ਼ਿਟਿਵ ਹੈ ਤੇ ਉਹਨਾਂ ਨੇ ਅੱਗੇ ਹੋਰ ਕਿਸ ਕਿਸ ਬੰਦੇ ਨੂੰ ਸ਼ਾਇਦ ਐਕਸਪੋਜ਼ ਕੀਤਾ ਹੋ ਸਕਦਾ ਹੈ ਐਂਡ ਜਿਨ੍ਹਾਂ ਨੂੰ ਐਕਸਪੋਜ਼ਰ ਹੋਇਆ ਹੋ ਸਕਦਾ ਹੈ ਉਹਨਾਂ ਨੂੰ ਅੱਗੇ ਟੈਸਟਿੰਗ ਕਰਕੇ ਜਾਂ ਉਹਨਾਂ ਨੂੰ ਤੁਸੀਂ ਕੁਆਰੰਟਾਈਨ ਕਰੋ ਜਾਂ ਉਹਨਾਂ ਨੂੰ ਤੁਸੀਂ ਟਰੀਟ ਕਰੋ ਜਾਂ ਉਹਨਾਂ ਨੂੰ ਕਹੋ ਤੁਸੀਂ ਹੈਲਦੀ ਹੋ ਯੂ ਕੈਨ ਗੋ ਗੋ ਟੂ ਵਰਕ ਗੋ ਬਾਉਟ ਯਰ ਬਿਜ਼ਨਸ ਜੋਬੀ ਰਾਈਟ ਸੋ ਇਨ ਥੀਰੀ ਇਹ ਐਪਸ ਬੜੀ ਵਧੀਆ ਚੀਜ਼ ਹੋ ਸਕਦੀਆਂ ਬਟ ਪ੍ਰੋਬਲਮ ਇੱਥੇ ਇਹ ਆਂਦੀ ਹੈ ਕਿ ਜੋ ਸਾਡੀ ਕਲੈਕਟਿਵਲੀ ਸੁਸਾਇਟੀ ਦੀ ਅੱਜ ਦੀ ਡੇਟ ਵਿੱਚ ਡੈਸਪਰੇਸ਼ਨ ਹੈਗੀ ਇੰਨੀ ਬੁਰੀ ਤਰ੍ਹਾਂ ਸਾਨੂੰ ਕੋਈ ਜਵਾਬ ਕੋਈ ਹੱਲ ਚਾਹੀਦਾ ਹੈ ਇਸ ਮਹਾਮਾਰੀ ਦਾ ਪਰ ਆਪਾਂ ਕਾਫੀ ਚੀਜ਼ਾਂ ਜੋ ਨਾਰਮਲੀ ਪ੍ਰੋਸੈਸ ਵਿੱਚ ਹੁੰਦੀਆਂ ਉਹਨਾਂ ਨੂੰ ਛੱਡ ਕੇ ਜਿੰਨੀ ਛੇਤੀ ਤੋਂ ਛੇਤੀ ਇਸ ਚੀਜ਼ ਦਾ ਕੋਈ ਸੋਲੂਸ਼ਨ ਲੱਭ ਸਕਦਾ ਹੈ ਉਹਦੇ ਉਹਦੇ ਕੋਲ ਦੌੜ ਰਹੇ ਆ ਬਟ दैट ਡਸਨਟ ਮੀਨ ਕਿ ਜੋ ਚੀਜ਼ ਆਪ ਸੈਕਰੀਫਾਈਜ਼ ਕਰ ਰਹੇ ਆ ਉਹਨਾਂ ਦੇ ਅਰਾਊਂਡ ਸਾਡੀ ਏਟਲੀਸਟ ਅਵੇਅਰਨੈਸ ਨਹੀਂ ਹੋਣੀ ਚਾਹੀਦੀ ਰਾਈਟ ਆਮ ਸੋ ਫॉर ਐਗਜ਼ਾਮਪਲ ਟੂ ਸੀ ਕੀ SACRIFICE ਕਰ ਰਹੇ ਹੋ ਤਾਂ ਕਿ ਪੂਰੀ ਦੁਨੀਆ ਇਸ ਮਹਾਮਾਰੀ ਤੋਂ ਅੱਗੇ ਨਿਕਲ ਸਕੇ ਤੁਹਾਡੀ ਪਰਸਨਲ ਫਰੀਡਮਸ ਕਿਸ ਤਰ੍ਹਾਂ SACRIFICE ਹੋ ਰਹੀ ਹੈ ਫੋਰ ਇਗਜ਼ੈਂਪਲ ਅਮ ਪਿਛਲੇ ਹਫਤੇ ਅਪਰ ਗੱਲ ਕੀਤੀ ਸੀ ਅ ਯੂਨਾਈਟਿਡ ਸਟੇਟਸ ਵਿੱਚ ਕਿੰਨੀ ਪ੍ਰੋਟੈਸਟਸ ਹੋ ਰਹੀਆਂ ਵੱਖ-ਵੱਖ ਸਟੇਟਸ ਦੇ ਵਿੱਚ ਜਿੱਥੇ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਨੇ ਯੂ ਹੈਵ ਟੂ ਸਟੇ ਅਟ ਹੋਮ ਐਂਡ ਇਸ ਕੰਟਰੀ ਵਿੱਚ ਸਪੈਸ਼ਲੀ ਗਲਜ਼ ਰੂਰ ਡਿਸਕਸ ਕਰਨੀ ਬੰਦੀ ਹੈ ਕਿ ਜੋ ਅਮਰੀਕਨ ਕਲਚਰ ਹੈ ਉਹ ਪਰਸਨਲ ਫਰੀਡਮਸ ਤੇ ਇੰਡੀਵਿਜੂਅਲ ਲਿਬਰਟੀ ਨੂੰ ਬਹੁਤ ਮਾਇਨੇ ਦਿੰਦਾ ਹੈ ਬਹੁਤ ਪ੍ਰਾਇੋਰਟੀ ਦਿੰਦਾ ਹੈ ਇੱਥੇ ਦਾ ਜੋ ਪੋਲੀਟੀਕਲ ਸਿਸਟਮ ਹੈ ਉਹ ਬਣਾਈ ਇੰਡੀਵਿਜੂਅਲ ਫਰੀਡਮਸ ਦੇ ਸਿਰ ਤੇ ਹੈਗਾ that ਤੁਹਾਡੇ ਕੋਲ ਪਰਸਨਲ ਯੂ ਹੈਵ ਦਾ ਰਾਈਟ ਟੂ ਲਾਈਫ ਲਿਬਰਟੀ ਐਂਡ ਦਾ ਪਰਸੂਟ ਆਫ ਹੈਪੀਨੈਸ that ਤੁਹਾਡਾ ਹੱਕ ਹੈ ਤੁਹਾਡਾ ਗੋਡ ਗਿਵਨ ਰਾਈਟ ਹੈ ਇਹ ਪਰਸਨਲ ਫਰੀडम ਉਹਦੇ ਵਿੱਚ ਤੁਸੀਂ ਅਗਰ ਤੁਹਾਨੂੰ ਤੁਹਾਡੀ ਗਵਰਨਮੈਂਟ ਜਾਂ ਤੁਹਾਡੇ ਲੀਡਰਸ ਕਹਿੰਦੇ ਕਿ ਯੈਸ ਤੁਹਾਡੀ ਪਰਸਨਲ ਫਰੀडम ਹੈ ਕਿ ਤੁਸੀਂ ਬਾਹਰ ਜਾ ਕੇ ਮਿਲ ਸਕਦੇ ਹੋ ਕਿਸੇ ਨੂੰ ਵਾਕ ਲਈ ਜਾ ਸਕਦੇ ਹੋ ਬਟ ਦੂਜੀ ਤਰਫ ਤੁਹਾਡੀ ਗਵਰਨਮੈਂਟ ਕਹਿੰਦੀ ਬਟ ਪਬਲਿਕ ਸੇਫਟੀ ਤੁਸੀਂ ਨਹੀਂ ਲਿਖ ਲੋ ਐਂਡ ਇਹ ਮੰਡਟਰੀ ਹੈ ਸਾਡਾ ਹੁਣ ਲਾਅ ਬਣ ਗਿਆ ਹੈ ਤੁਸੀਂ ਕਿ ਇਸ ਤਰ੍ਹਾਂ ਉਸ ਚੀਜ਼ ਨੂੰ ਬੈਲੈਂਸ ਕਰ ਸਕਦੇ ਹੋ ਰਾਈਟ ਸੇਮ ਆਈਡੀਆ ਅਪਲਾਈਜ਼ ਟੂ ਥਿਸ 모ਬਾਈਲ ਐਪਲੀਕੇਸ਼ਨ ਜੋ ਤੁਹਾਡੀ ਹੈਲਥ ਇਨਫੋਰਮੇਸ਼ਨ ਨੂੰ ਕਲੈਕਟ ਕਰਨਗੀ ਰਾਈਟ ਬਿਕਾਜ਼ you have to understand that is country which united states which at least jo toadi personal health care related information hai gi um oh tosi khul ke share kardeo apne doctors naal apne hospital ya clinic de naal because tonu pata hai oh cheez protected hai toda doctor agge toadi permission to bina oh information nahi share kar sakda ਤੁਹਾਡਾ ਡਾਕਟਰ ਤੁਹਾਡੀ ਇਨਫਰਮੇਸ਼ਨ ਕਿਸੇ ਹੋਰ ਕੰਪਨੀ ਨੂੰ ਨਹੀਂ ਵੇਚ ਸਕਦਾ ਕਿਸੇ ਪ੍ਰੋਫਿਟ ਲਈ ਉਹ ਇਨਫਰਮੇਸ਼ਨ ਸਿਰਫ ਦਾ ਸਿਰਫ ਤੁਹਾਡੀ ਮੈਡੀਕਲ ਟਰੀਟਮੈਂਟ ਲਈ ਹੀ ਯੂਜ਼ ਹੋ ਸਕਦੀ ਹੈ ਬਾਏ ਮੈਡੀਕਲ ਪ੍ਰੋਫੈਸ਼ਨਲ ਐਂਡ ਜੇ ਤੁਸੀਂ ਉਹ ਫਾਰਮ ਫਿਲ ਕਰਦੇ ਹੋ ਤੁਸੀਂ ਉਹਨਾਂ ਨੂੰ ਪਰਮਿਸ਼ਨ ਦਿੰਦੇ ਹੋ ਉਸ ਚੀਜ਼ ਨੂੰ ਯੂਜ਼ ਕਰਨ ਲਈ ਤੁਹਾਡੀ ਪਰਮਿਸ਼ਨ ਨਾਲ ਹੋਂਦੀ ਹੈ ਨਾਓ ਕਮਿੰਗ ਟੂ ਦੀ ਕਰੰਟ ਸਿਨੈਰੀਓ ਕਰੰਟਲੀ ਜੋ ਐਪਸ ਪ੍ਰਪੋਜ਼ ਹੋ ਰਹੀਆਂ ਜਾਂ ਜੋ ਇੰਪਲੀਮੈਂਟ ਵੀ ਹੋ ਰਹੀਆਂ ਜਿਸ ਤਰ੍ਹਾਂ ਮੈਂ ਤੁਹਾਨੂੰ ਇੰਡੀਆ ਦੀ ਐਪ ਬਾਰੇ ਦੱਸਿਆ ਸੀ ਇੰਡੀਆ ਵਿੱਚ ਇਸ ਐਪ ਨੂੰ ਆਲਰੇਡੀ ਆਲਮੋਸਟ 100 100 ਮਿਲੀਅਨ ਪੀਪਲ ਨੇ ਡਾਊਨਲੋਡ ਕਰ ਲਿਆ ਹੈ ਕੁਝ ਲੋਕਾਂ ਨੇ ਇਸ ਲਈ ਡਾਊਨਲੋਡ ਕੀਤਾ ਬਿਕੋਜ਼ ਉਥੇ ਦੀ ਗਵਰਨਮੈਂਟ ਨੇ ਇਸ ਚੀਜ਼ ਨੂੰ ਮੰਡੇਟ ਕੀਤਾ ਹੈ ਕਿ ਯੂ ਹੈਵ ਟੂ ਡਾਊਨਲੋਡ ਇਟ ਅਗਰ ਤੁਸੀਂ ਇੰਡੀਆ ਵਿੱਚ ਇੱਕ ਗਵਰਨਮੈਂਟ EMPLOYEE ਹੈਗੇ ਜਾਂ ਤੁਸੀਂ ਪਬਲਿਕ ਜਾਂ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਦੇ ਹੋ ਉਹ ਗਵਰਨਮੈਂਟ ਤੋਂ ਮੰਡੇਟਡ ਹੈ ਕਿ ਤੁਸੀਂ ਇਸ ਐਪ ਨੂੰ ਡਾਊਨਲੋਡ ਕਰਕੇ ਇਸਤੇਮਾਲ ਕਰੋ ਐਂਡ ਗਵਰਨਮੈਂਟ ਦੇ ਕੋਲ ਉਸ ਚੀਜ਼ ਦੀ ਉਸ ਡੇਟਾ ਦੀ ਐਕਸੈਸ ਹੈਗਾ ਇੰਡੀਆ ਵਿੱਚ ਇਹ ਚੀਜ਼ ਬਹੁਤ ਅਮ ਇਸ਼ੂ ਕ੍ਰੀਏਟ ਕਰ ਰਹੀ ਹੈ ਜੋ ਐਡਵੋਕੇਸੀ ਗਰੁੱਪਸ ਹਨ ਉਹ ਇਹ ਕਹਿ ਰਹੇ ਕਿ ਇਸ ਐਪ ਦੇ ਵਿੱਚ ਬਹੁਤ ਇਸ਼ੂਜ਼ ਹਨ ਇਸ ਐਪ ਦੇ ਵਿੱਚ ਕੋਈ ਟ੍ਰਾਂਸਪੈਰੈਂਸੀ ਨਹੀਂ ਹੈਗੀ ਕਿ ਕਿਸ ਤਰ੍ਹਾਂ ਤੁਹਾਡੀ ਉਹ ਇਨਫੋਰਮੇਸ਼ਨ ਯੂਜ਼ ਹੋਏਗੀ ਇਸ ਐਪ ਦੇ ਵਿੱਚ ਜੋ ਪ੍ਰੋਟੈਕਸ਼ਨਸ ਹੋਣੀ ਚਾਹੀਦੀਆਂ ਉਹ ਨਹੀਂ ਹੈਗੀਆਂ ਕਿ ਅਗਰ ਕੋਈ ਇਸ ਐਪ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਉਹ ਤੁਹਾਡੀ ਜੋ ਇਨਫੋਰਮੇਸ਼ਨ ਹੈ ਉਹ ਚੋਰੀ ਕਰਕੇ ਕਿਸੇ ਹੋਰ ਥਾਂ ਤੇ ਯੂਜ਼ ਕਰਨ ਉਹਦੇ ਪ੍ਰੋਟੈਕਸ਼ਨਸ ਨਹੀਂ ਹਨ ਸੋ देयर इज अ लॉट ਆਫ ਇਸ਼ੂਸ ਵਿਦ ਥੀਸ ਐਪਸ ਬਟ ਇਨ ਦਾ ਯੂਨਾਈਟਿਡ ਸਟੇਟਸ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ ਤੁਹਾਨੂੰ ਕਿਸ ਚੀਜ਼ ਤੇ ਸੋਚ ਪਾਣੀ ਚਾਹੀਦੀ ਹੈ ਫਰ ਇਗਜ਼ੈਂਪਲ ਇਫ ਯੂ ਟਰੈਵਲ ਟੂ ਇੰਡੀਆ ਜਸਟ ਅ ਇਸ ਵੀਕਐਂਡ ਆਮ ਸੰਡੇ ਨੂੰ ਨੂਅਰ ਕੇਅਰਪੋਰਟ ਨਿਊ ਜਰਸੀ ਵਿਚੋਂ ਫਲਾਈਟ ਗਈ ਸੀ ਆਫ ਇੰਡੀਅਨ ਨੈਸ਼ਨਲਸ ਗੋਇੰਗ ਬੈਕ ਟੂ ਇੰਡੀਆ ਸ਼ੀ ਇਸ ਦੀ ਕਵਰ ਸ਼ੈਟ ਟੂ ਸੀ ਜਸਟ ਪੰਜਾਬੀ ਤੇ ਦੇਖੀ ਵੀ ਹੋਏਗੀ ਯੂ نو ਜੋ ਉਸ ਪਲੇਨ ਤੇ ਲੋਕੀ ਬੈਠੇ ਹੈ ਜਦੋਂ ਉਹ ਇੰਡੀਆ ਲੈਂਡ ਕਰਨਗੇ ਉਹਨਾਂ ਨੂੰ ਹਰ ਇੱਕ ਬੰਦੇ ਨੂੰ ਐਪ ਉਸ ਐਪ ਨੂੰ ਡਾਊਨਲੋਡ ਕਰਕੇ ਆਪਣੀ ਇਨਫੋਰਮੇਸ਼ਨ ਉਹਦੇ ਚ ਪਾਣੀ ਪੈਣੀ ਹੈ ਆਫ ਕੌਰਸ ਉਹਨਾਂ ਦੀ ਸਿਚੁਏਸ਼ਨ ਦੇ ਵਿੱਚ ਇਟਸ ਅ ਗੁੱਡ it's a good trade off unna di jo personal uh, individual liberty hai yeah sacrifice ho rahi hai but it's for uh, a, a a good cause in the sense that oh india apne country ch enter nahi kar sakde jadon tak oh is cheez nu nahi karde us app nu download nahi karde but imagine you're an american citizen to see a american citizen agar ho ke india jande ho and tonu in indian government kehndi nahi tusi ye app download karni karni hai and india de vich toade jo personal ਪਰ ਡਾਟਾ ਹੈਗੀ ਉਹਦੀ ਪ੍ਰੋਟੈਕਸ਼ਨ ਲਈ ਕੋਈ ਲਾ ਨਹੀਂ ਐਗਜ਼ਿਸਟ ਕਰਦਾ ਉਸ ਸਿਚੁਏਸ਼ਨ ਵਿੱਚ ਤੁਸੀਂ ਕੀ ਕਰੋਗੇ ਡੂ ਯੂ ਡਾਊਨਲੋਡ ਦ ਐਪ ਤੁਹਾਨੂੰ ਕੋਈ ਚੁਆਇਸ ਅਗਰ ਤੁਹਾਨੂੰ ਨਹੀਂ ਦੇ ਰਹੇ ਹੋ ਜਾਂ ਤੁਸੀਂ ਕਹਿੰਦੇ ਮੈਂ ਤਾਂ ਜਾਣ ਨਹੀਂ ਮੈਂ ਨਹੀਂ ਆਪਣੀ ਇਨਫੋਰਮੇਸ਼ਨ ਸ਼ੇਅਰ ਕਰਨੀ ਉੱਥੇ ਮੈਨੂੰ ਨਹੀਂ ਪਤਾ ਇਹ ਇਨਫੋਰਮੇਸ਼ਨ ਯੂਜ਼ ਕਿਸ ਤਰ੍ਹਾਂ ਹੋਏਗੀ ਮੈਨੂੰ ਨਹੀਂ ਪਤਾ ਅੱਗੇ ਕਿੰਨੇ ਇਸ ਇਨਫੋਰਮੇਸ਼ਨ ਕਿੰਨੀ ਦੇਰ ਉਹਨਾਂ ਨੇ ਰੱਖਣਾ ਇਨ ਫੈਕਟ ਇਨ ਦ ਯੂਨਾਈਟਿਡ ਸਟੇਟਸ देयर ਆਰ ਸਮ ਲਾਜ਼ ਦੈ ਪ੍ਰੋਟੈਕਟ ਯੋਰ ਪ੍ਰਾਈਵੇਟ ਇਨਫੋਰਮੇਸ਼ਨ ਬਟ When it comes to healthcare, there is a very strong law, so you know exactly that your information kisna use hoegi. When you leave the country, agar tu apni information kisne nu voluntarily, and those country which laws nihegi, us cheez nu protect karne then what do you do? That's the question here. And jithe information di you know once again, uh, we have to understand that this app hagi, right? Uh, contact tracing mobile app ਇਹਦੀ ਜੋ ਕੁਝ ਨੈਗੇਟਿਵ ਪੁਆਇੰਟਸ ਹਨ ਮੈਂ ਉਹਦੇ ਬਾਰੇ ਤੁਹਾਨੂੰ ਹੁਣ ਦੱਸਦੀ ਹਾਂ ਬਿਕੋਜ਼ ਵਾਂਸ ਅਗੇਨ ਜੋ ਸੋਸਾਇਟੀ ਦੀ ਅੱਜ ਦੀ ਡੇਟ ਵਿੱਚ ਪੂਰੀ ਦੁਨੀਆ ਵਿੱਚ ਅ ਡੈਸਪਰੇਸ਼ਨ ਹੈ ਕਿ ਸਾਨੂੰ ਕੋਈ ਤਰੀਕਾ ਮਿਲੇ ਜਿਹਦੇ ਨਾਲ ਆਪਾਂ ਇਸ ਚੀਜ਼ ਨੂੰ ਰੋਕੀਏ ਇਸ ਚੀਜ਼ ਨੂੰ ਥੋੜਾ ਸਲੋ ਡਾਊਨ ਕਰੀਏ ਜਾਂ ਬਿਲਕੁਲ ਖਤਮ ਕਰੀਏ ਕੋਰੋਨਾ ਵਾਇਰਸ ਨੂੰ ਅ ਉੱਥੇ ਯੂ ਨੋ ਸਮ ਟਾਈਮਸ ਜੋ ਪ੍ਰੋਪਰ ਪ੍ਰੋਸੀਜਰ ਹੁੰਦਾ ਹੈ ਅ ਉਸ ਚੀਜ਼ ਨੂੰ ਇਗਨੋਰ ਕਰਕੇ ਕੋਈ ਸੋਲੂਸ਼ਨ ਕੰਸਿਡਰ ਕੀਤਾ ਜਾਂਦਾ ਹੈ ਇਹ ਜੋ ਐਪਸ ਹਨ ਫॉर देम ਟੂ ਵਰਕ ਦੇ ਨੀਡ ਟੂ ਬੀ ਟਰੈਕਿੰਗ ਯੂ 올 ਦਿ ਟਾਈਮ Everywhere, um, foreign policy uh, media outfit to uh, kuch articles that show you that these applications, for them to be successful, a they need to be in 80% of the population. But lekhisib area the 80% population os cheese they which participate honi That's the first point. So this is okay. United States, the population, uh, you know, 300 million plus, at least 80% of those people have to have their information, their health information, included in this app. Okay? this is the first step for it to be successful. The second part and the scary part, just that hai ki ki is that this app will track you ਹਰ ਵੀਲੇ ਤੁਹਾਡੀ ਉਹ ਹੈਲਥ ਇਨਫੋਰਮੇਸ਼ਨ ਦੀ ਅਪਡੇਟ ਲੈ ਸਕਦੀ ਹੈ ਤੁਹਾਡਾ ਬਾਡੀ ਦਾ ਕੀ ਟੈਂਪਰੇਚਰ ਹੈ ਤੁਹਾਡੇ ਵਾਈਟਲਸ ਕੀ ਹਨ ਯੂ نو ਦੇ ਆਰ ਡਿਜ਼ਾਈਨਿੰਗ them ਜਿਸ ਤਰ੍ਹਾਂ ਤੁਸੀਂ ਫਿਟਬਿਟ ਪਾਉਂਦੇ ਹੋ ਇਫ ਯੂ ਆਰ ਫੈਮਿਲੀਅਰ ਫਿਟਬਿਟ ਜੋ ਤੁਹਾਡੀ ਵਾਚ ਦੀ ਤਰ੍ਹਾਂ ਤੁਹਾਡੇ ਹਾਰਟ ਰੇਟ ਨੂੰ ਤੁਹਾਡੇ ਸਲੀਪ ਪੈਟਰਨ ਨੂੰ ਤੁਸੀਂ ਰਾਤ ਨੂੰ ਸੋਏ ਨਹੀਂ ਸੋਏ ਉਸ ਤਰ੍ਹਾਂ ਉਹ ਸਾਰੀ ਜਾਣਕਾਰੀ ਲੈ ਲੈਂਦੀ ਹੈ ਇਸੇ ਤਰ੍ਹਾਂ ਦੀ ਸਿਮਿਲਰ ਚੀਜ਼ ਤੁਹਾਡੀ ਸਪੈਸੀਫਿਕ ਹੈਲਥ ਇਨਫੋਰਮੇਸ਼ਨ ਨੂੰ ਕਲੈਕਟ ਕਰੂਗੀ ਐਂਡ ਉਸ ਚੀਜ਼ ਨੂੰ ਅੱਗੇ ਸ਼ੇਅਰ ਕਰੂਗੀ ਭਾਵੇਂ ਉਹ ਗਵਰਨਮੈਂਟ ਦੇ ਨਾਲ ਹੋਏ ਭਾਵੇਂ ਉਹ ਕਿਸੇ ਪ੍ਰਾਈਵੇਟ ਕੰਪਨੀ ਦੇ ਨਾਲ ਹੋਏ ਭਾਵੇਂ ਉਹ ਹੈਲਥ케ਅਰ ਇੰਸਟੀਟਿਊਸ਼ਨਜ਼ ਦੇ ਨਾਲ ਹੋਏ ਬਟ ਦ ਪ੍ਰੋਬਲਮ ਇਜ਼ ਥੈਟ ਕੋ ਦਾ ਕੋਈ ਕ੍ਰਾਈਟੇਰੀਆ ਨਹੀਂ ਐਗਜ਼ਿਸਟ ਕਰਦਾ ਇਹ ਬਿਲਕੁਲ ਬ੍ਰੈਂਡ ਨਿਊ ਪ੍ਰੋਬਲਮ ਹੈ ਸਾਡੇ ਲਈ ਐਂਡ ਵੀ ਨੀਡ ਟੂ ਡਿਸਕਸ ਥਿਸ ਨਾਓ ਬਿਕੋਜ਼ ਇਟ ਅ ਲੌਂਗ ਟਰਮ ਕੀ ਇੰਪਲੀਕੇਸ਼ਨਸ ਹੋ ਸਕਦੇ ਆ ਅਮ ਐਜ਼ ਯੂ ਆਰ ਫੈਮਿਲੀਅਰ कि किस तरह दे क्रेडिट कार्ड फ्रॉड या आइडेंटिटी थैफ्ट यह प्रॉब्लम्स कि कॉमन हैं वाई बिकॉज जो तीन इनफोरमेस है वो किसी गलत हाथा च पंच जाती है ये चलो थोड़ी फाइनैशियल या तोड़ी ईमेल या छोटी मोटी परसनल इनफोरमेन होगी वट अबाउट योर हैल्थ इनफोरमेस अगर वो किसी गलत हाथ पहुँचती है तो वह की नतीजा हो सकता है गल इसी तरह जारी रहेगी इतने आप छोटे जी ब्रेक नहीं रुकते हैं कॉलरस भी सा जुड़े रहो जरूर तेजे विचार सुनोंगे इस ब्रेक तो उस बार ਇਤਵਾਰ ਸਾਰਿਆਂ ਦਾ ਸਵਾਗਤ ਹੈ ਤੁਸੀਂ ਵੇਖ ਰਿਓ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਮੈਂ ਆਸ਼ਮਿਤਾ ਗੱਲ ਹੋ ਰਹੀ ਹੈ ਤੁਹਾਡੀ ਪਰਸਨਲ ਹੈਲਥ케ਅਰ ਰਿਲੇਟਿਡ ਇਨਫਰਮੇਸ਼ਨ ਦੀ ਐਂ ਕਿਸ ਤਰ੍ਹਾਂ ਉਹ ਕਲੈਕਟ ਹੋਏਗੀ ਕਿਸ ਤਰ੍ਹਾਂ ਉਹ ਇਸਤੇਮਾਲ ਹੋਏਗੀ ਅਮ ਅੱਜ ਦੀ ਡੇਟ ਵਿੱਚ ਜਦੋਂ ਹੈਲਥ케ਅਰ ਸਭ ਤੋਂ ਵੱਡੀ ਕ੍ਰਾਈਸਿਸ ਇਸ ਦੁਨੀਆ ਨੂੰ ਅਫੈਕਟ ਕਰ ਰਹੀ ਹੈ ਐਂ ਯੂ نو ਇਸ ਕ੍ਰਾਈਸਿਸ ਨੂੰ ਹੈਂਡਲ ਕਰਨ ਲਈ ਵੱਖ-ਵੱਖ ਕੰਟਰੀਜ਼ ਅਮ ਕੰਟੈਕਟ ਟ੍ਰੇਸਿੰਗ ਨੂੰ ਅਪਣਾ ਰਹੇ ਹੈ ਪਹਿਲਾ ਸਟੈਪ ਟੈਸਟਿੰਗ ਸੀਗਾ ਕਿ ਤੁਸੀਂ ਇਨਫ ਟੈਸਟਿੰਗ ਕਰੋ ਤਾਂਕਿ ਉਹਨੂੰ ਪਤਾ ਹੋਏ ਕਿ ਪੋਪੂਲੇਸ਼ਨ ਵਿੱਚ ਕੌਣ ਅਫੈਕਟਡ ਹੈ ਬਟ ਜਿਸ ਤਰ੍ਹਾਂ ਇਹ ਕੰਟੈਕਟ ਟ੍ਰੇਸਿੰਗ ਦੀ ਐਪਸ ਹੁਣ ਨਿਕਲ ਰਹੀਆਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਇੱਕ ਰੀਸੈਂਟ ਆਰਟੀਕਲ ਕਹਿ ਰਿਹਾ ਦੈਟ ਦੇ ਡੋਂਟ ਵਰਕ ਦੈਟ ਇਨਰ ਦੇ ਆਈਡੀਆ ਵਧੀਆ ਹੈ ਇਨ ਥੀਰੀ ਇਹ ਐਪਸ ਬੜੀ ਵਧੀਆ ਤਰੀਕੇ ਨਾਲ ਸੋਚੀਆਂ ਗਈ ਸੀ ਕਿ ਇਹ ਹੈਲਪ ਕਰਨਗੇ ਇਸ ਕ੍ਰਾਈਸਿਸ ਨੂੰ ਬਟ For them to work, um, as you can see, the text in this article says that literally, just level the unanu, um, tonu use Karnapoga, just level the unanu, um, a population, de which, percentage of population, the kinnik use It's it's just a not possible and b. ਇਹ ਰੇਜ਼ਸ ਅ ਬਹੁਤ ਵੱਡੇ ਇਸ਼ੂਸ ਤੁਹਾਡੀ ਪਰਸਨਲ ਇਨਫੋਰਮੇਸ਼ਨ ਸਪੈਸ਼ਲੀ ਤੁਹਾਡੀ ਹੈਲਥ ਕੇਅਰ ਇਨਫੋਰਮੇਸ਼ਨ ਦੀ ਪ੍ਰਾਈਵੇਸੀ ਦੇ ਲਈ ਆ ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਇਸ ਤਰ੍ਹਾਂ ਦੀ ਐਪਸ ਫਰ ਥੈਮ ਟੂ ਬੀ ਸਕਸੈਸਫੁਲ ਉਹਨਾਂ ਨੂੰ ਕੰਮ ਕਰਨ ਲਈ ਇੱਕ ਪੋਪੂਲੇਸ਼ਨ ਦੀ ਏਟਲੀਸਟ 80% ਆਫ ਦਾ ਪੋਪੂਲੇਸ਼ਨ ਉਸ ਚੀਜ਼ ਨੂੰ ਯੂਟਿਲਾਈਜ਼ ਉਹਨਾਂ ਨੂੰ ਕਰਨਾ ਪੈਣਾ ਹੈ ਆਮ ਇੰਡੀਆ ਵਿੱਚ ਇਸ ਚੀਜ਼ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ਾਂ ਜਾਰੀ ਹਨ ਉੱਥੇ ਮੋਦੀ ਸਰਕਾਰ ਨੇ ਮੰਡੀਟਰੀ ਤਰੀਕੇ ਨਾਲ ਹੁਣ ਕਹਿੰਦਾ ਹੈ ਕਿ ਤੁਸੀਂ ਅਗਰ ਗਵਰਨਮੈਂਟ empioyee ਹੋ ਤੁਸੀਂ ਪਬਲਿਕ ਜਾਂ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਦੇ ਹੋ ਅਗਰ ਤੁਸੀਂ ਟ੍ਰੇਨ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਰੇਲਵੇਜ਼ ਨੂੰ ਯੂਜ਼ ਕਰਨ ਲਈ ਹਰ ਇੱਕ ਬੰਦੇ ਨੂੰ ਆਮ ਜੋ ਉਹਨਾਂ ਦੀ ਉੱਥੇ ਐਪ ਹੈਗੀ ਆ ਰੋਗਿਆ ਸੇਤੂ ਉਹਨੂੰ ਡਾਊਨਲੋਡ ਕਰਕੇ ਉਹਦੇ ਵਿੱਚ ਆਪਣੀ ਇਨਫਰਮੇਸ਼ਨ ਪਾ ਕੇ ਉਹਦੇ ਤੇ ਜਦੋਂ ਤੱਕ 그린 ਲਾਈਟ ਨਹੀਂ ਆਂਦੀ ਤੁਸੀਂ ਅੱਗੇ ਨਹੀਂ ਪ੍ਰੋਸੀਡ ਕਰ ਸਕਦੇ ਤੇ ਇਨਾ ਇਨ ਯੂਨਾਈਟਿਡ ਸਟੇਟਸ ਅਮ ਇਸ ਤਰ੍ਹਾਂ ਦੀ ਹਲੇ ਤੱਕ ਕੋਈ ਐਪਲੀਕੇਸ਼ਨ ਇਸ ਲੈਵਲ ਤੇ ਐਗਜ਼ਿਸਟ ਨਹੀਂ ਕਰਦੀ ਅਮ ਇਸ ਚੀਜ਼ ਵਿੱਚ ਮੈਂ ਤੁਹਾਨੂੰ ਜ਼ਰੂਰ ਜਾਣਕਾਰੀ ਦੇਣਾ ਚਾਹੁੰਦੀ ਆ ਥੈਟ ਬੋਥ ਗੂਗਲ ਐਂਡ ਐਪਲ ਆਰ ਵਰਕਿੰਗ ਵਿਦ ਦ ਗਵਰਨਮੈਂਟ ਅਮ ਕਿਸੇ ਇਸ ਤਰ੍ਹਾਂ ਦੀ ਐਪ ਨੂੰ ਡਿਜ਼ਾਈਨ ਕਰਨ ਲਈ ਰਾਈਟ ਬਟ ਗੂਗਲ ਐਂਡ ਐਪਲ ਅੰਡਰਸਟੈਂਡ ਕਿ ਲੋਕਾਂ ਦੇ ਪ੍ਰਾਈਵੇਸੀ ਤੇ ਡੇਟਾ ਦੇ ਕਨਸਰਨਸ ਕਿੰਨੇ ਵੱਡੇ ਹੈਗੇ ਇਸ ਕੰਟਰੀ ਵਿੱਚ ਅਮ ਇਸ ਕਰਕੇ ਉਹਨਾਂ ਦੀ ਜੋ ਐਫਰਟਸ ਹਨ ਸਲੋਲੀ ਮੂਵ ਕਰ ਰਹੀਆਂ ਬਟ ਜਦੋਂ ਇਹ ਚੀਜ਼ ਬੰਦ ਹੀ ਹੈ ਸਪੈਸ਼ਲੀ ਯੂਨਾਈਟਿਡ ਸਟੇਟਸ ਵਿੱਚ ਤੁਹਾਨੂੰ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਜੋ ਇਨਫੋਰਮੇਸ਼ਨ ਕਲੈਕਟ ਹੋਏਗੀ ਉਹਦੀ ਰਖਵਾਲੀ ਕਿਸ ਤਰ੍ਹਾਂ ਹੋਏਗੀ রাইਟ ਉਹਦੀ ਯੂਸੇਜ ਕਿਸ ਤਰ੍ਹਾਂ ਹੋਏਗੀ ਜਿੱਥੇ ਤੁਹਾਨੂੰ ਕਰਡ ਕਾਰਡ ਫਰਾਡ ਦਾ ਜਾਂ ਆਇਡੈਂਟੀਟੀ ਥੈਫਟ ਦਾ ਅੰਦਾਜ਼ਾ ਹੈ ਕਿ ਕਿਸ ਤਰ੍ਹਾਂ ਤੁਹਾਡੀ ਉਹ ਇਨਫਰਮੇਸ਼ਨ ਗਲਤ ਹੱਥਾਂ 'ਚ ਪੈ ਕੇ ਕਿਸ ਤਰ੍ਹਾਂ ਦਾ ਡੈਮੇਜ ਕਰ ਸਕਦੀ ਹੈ ਉੱਥੇ ਸਾਨੂੰ ਅੱਜ ਦੀ ਡੇਟ ਵਿੱਚ ਇਹ ਸਮਝਣਾ ਜ਼ਰੂਰੀ ਹੈ ਕਿ ਜੋ ਤੁਹਾਡੀ ਹੈਲਥ케ਅ ਇਨਫਰਮੇਸ਼ਨ ਹੈ ਜੋ ਜਿਸ ਤਰ੍ਹਾਂ ਇਹ ਸਿਚੁਏਸ਼ਨ ਡਿਵੈਲਪ ਹੋ ਰਹੀ ਹੈ ਆ ਉਹ ਉਨੀ ਹੀ ਇੰਪੋਰਟੈਂਟ ਬਣ ਰਹੀ ਹੈ ਉਹ ਇਨਫੋਰਮੇਸ਼ਨ ਜਦੋਂ ਪ੍ਰੋਪਰਲੀ ਨਹੀਂ ਕਲੈਕਟ ਹੁੰਦੀ ਨਹੀਂ ਯੂਜ਼ ਹੁੰਦੀ ਤੇ ਕੀ ਨੈਗੇਟਿਵ ਇੰਪੈਕਟ ਹੋ ਸਕਦਾ ਹੈ ਫਾਰ ਇਗਜ਼ਾਮਪਲ ਯੂਨਾਈਟਿਡ ਸਟੇਟਸ ਵਿੱਚ ਵੱਖ-ਵੱਖ ਸਟੇਟਸ ਰੀਓਪਨ ਕਰ ਰਹੇ ਆ ਰਾਈਟ ਵੀ ਬੈਨ ਟਾਕਿੰਗ ਅ ਲੋਟ ਅਬਾਊਟ ਜੋ ਵੱਖ-ਵੱਖ ਇਸ਼ੂਜ਼ ਰੀਓਪਨਿੰਗ ਦੇ ਨਾਲ ਆਉਂਦੇ ਆ ਬਟ ਮੋਸਟ ਆਫ ਥੈਮ ਵਾਂਸ ਅਗੇਨ ਹੈਵ ਬੀਨ ਰਿਲੇਟਡ ਟੂ ਆ ਸਮਵਨਸ ਹੈਲਥ ਕਿ ਅਗਰ ਤੁਸੀਂ ਕਿਸੇ ਸਟੇਟ ਕਿਸੇ ਸਿਟੀ ਨੂੰ ਰੀਓਪਨ ਕਰਦੇ ਹੋ ਉੱਥੇ ਦੀ ਜੋ ਜਨਤਾ ਹੈ ਉਹ ਸੇਫ ਹਨ ਆ ਨਾਲੇ ਕੋਈ ਹੈਲਥ ਕਨਸਰਨ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਬਿਮਾਰੀ ਹੋ ਕੇ ਕੀ ਨਤੀਜਾ ਹੋ ਸਕਦਾ ਰਾਈਟ ਦੂਜੀ ਜੋ ਚੀਜ਼ ਆndi ਜੋ ਤੁਸੀਂ ਰੀਓਪਨ ਕਰਦੇ ਉਹਦਾ ਇਕਨੋਮਿਕ ਕੀ ਇੰਪੈਕਟ ਹੋਏਗਾ ਰਾਈਟ ਜੋ ਲੋਕ ਕੀ ਨਹੀਂ ਕੰਮ ਤੇ ਜਾ ਪਾ ਰਹੇ ਉਹਨਾਂ ਨੂੰ ਕਿੰਨੀ ਡੈਸਪਰੇਟਲੀ ਲੋਡ ਹੈ ਕਿ ਬਿਜ਼ਨੈਸਿਸ ਰੀਓਪਨ ਕਰਨ ਰਾਈਟ ਬਟ ਜਦੋਂ ਬਿਜ਼ਨੈਸਿਸ ਰੀਓਪਨ ਕਰਦੇ ਹੈ ओ भी इस चीज़ न स्ट्रगल कर रहे कि किस तरह आप सेफली अपने बिजनेस न रीओपन करा ताकि वो बैलेंस होए बिटवीन हेल्थ एंड इकोनॉमी, राइट? ਆਮ ਨਿਊਯਾਰਕ ਟਾਈਮਸ ਇੱਕ ਰੀਸੈਂਟ ਆਰਟੀਕਲ ਕਹਿੰਦਾ ਹੈ ਕਿ ਬਿਜ਼ਨੈਸਸ ਥੈਟ ਆਰ ਸਟਾਰਟਿੰਗ ਟੂ ਰੀਓਪਨ ਉਹ ਵੀ ਇਸ ਤਰ੍ਹਾਂ ਦੀ ਐਪਸ ਨੂੰ ਇੰਡੀਵਿਜੂਅਲ ਤੌਰ ਤੇ ਅਪਣਾ ਰਹੇ ਹਨ ਆਮ ਜੋ ਸਪੈਸੀਫਿਕਲੀ ਇੱਕ ਐਪ ਯੂਜ਼ ਹੋ ਰਹੀ ਹੈ ਇਟਸ ਕਾਲਡ ਪਾਪ ਆਈਡੀ ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਸਬਵੇ ਦੀ ਚੇਂਜ ਕੈਲੀਫੋਰਨੀਆ ਦੇ ਵਿੱਚ ਆਮ ਇਸ ਚੀਜ਼ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਬਟ ਇਨ ਇਹਦੀ ਯੂਸੇਜ ਕਿਸ ਤਰ੍ਹਾਂ ਹੁੰਦੀ ਹੈ ਫੋਰ ਐਗਜ਼ਾਮਪਲ ਇੱਕ ਏਮਪਲੋਈ ਕਮ ਤੋਂ ਐਂਟਰ ਹੋਣ ਤੋਂ ਪਹਿਲੇ ਉਹਨਾਂ ਦਾ ਟੈਂਪਰੇਚਰ ਇਹ ਐਪ ਲੈਂਦੀ ਹੈ ਆਮ ਹੋਰ ਦੋ ਤਿੰਨ ਸਵਾਲ ਉਹਨਾਂ ਦੀ ਹੈਲਥ ਦੀ ਸਟੇਟਸ ਬਾਰੇ ਪੁੱਛਦੀ ਹੈ ਰਾਈਟ ਉਹ ਇਨਫੋਰਮੇਸ਼ਨ ਸਿਰਫ ਉਸ ਵੇਲੇ ਨਹੀਂ ਯੂਜ਼ ਹੁੰਦੀ ਜਦੋਂ ਉਹਨਾਂ ਨੇ ਬਿਜ਼ਨਸ ਵਿੱਚ ਐਂਟਰ ਹੋਣਾ ਹੁੰਦਾ ਹੈ ਉਹ ਇਨਫੋਰਮੇਸ਼ਨ ਇੱਕ ਇੰਡੀਵਿਜੂਅਲ ਬਾਰੇ ਹੁਣ ਕਲੈਕਟ ਹੋ ਗਈ ਹੈ ਉਹ ਜਮ੍ਹਾਂ ਹੋ ਗਈ ਹੈ ਐਂਡ ਉਹ ਜਮ੍ਹਾਂ ਨਾ ਕਿ ਕਿਸੇ ਡਾਕਟਰ ਦੇ ਨਾਲ ਨਾ ਕਿਸੇ ਹਸਪਤਾਲ ਦੇ ਨਾਲ ਨਾ ਕਿਸੇ ਅਫੀਸ਼ੀਅਲ ਗਵਰਨਮੈਂਟ ਆਰਗੇਨਾਈਜੇਸ਼ਨ ਦੇ ਨਾਲ ਜਮਾ ਹੋਈ ਹੈ ਉਹ ਇਨਫੋਰਮੇਸ਼ਨ ਇੱਕ ਪ੍ਰਾਈਵੇਟ ਟੈਕਨੋਲੋਜੀ ਕੰਪਨੀ ਦੇ ਨਾਲ ਜਮਾ ਹੋਈ ਹੈ ਉਹ ਇਨਫੋਰਮੇਸ਼ਨ ਇਜ਼ ਨਾਟ ਪ੍ਰੋਟੈਕਟਿਡ ਬਾਈ ਹਿਪਾ ਬਿਕਾਜ਼ ਇਟਸ ਨਾਟ ਕਲੈਕਟਿਡ ਬਾਈ ਅ ਡਾਕਟਰ ਜਿੱਥੇ ਮੈਂ ਤੁਹਾਨੂੰ ਹਿਪਾ ਲਾਅ ਬਾਰੇ ਦੱਸਿਆ ਜੋ ਯੂਨਾਈਟਿਡ ਸਟੇਟਸ ਵਿੱਚ ਤੁਹਾਡੀ ਸਾਰੀ ਹੈਲਥ ਕੇ ਇਨਫੋਰਮੇਸ਼ਨ ਨੂੰ ਪ੍ਰੋਟੈਕਟ ਕਰਦਾ ਤਾਂ ਕਿ ਉਹ ਕੋਈ ਉਹਨੂੰ ਚੋਰੀ ਨਾ ਕਰੇ ਉਹਨੂੰ ਅਬਿਊਜ਼ ਨਾ ਕਰੇ ਉਹਨੂੰ ਗਲਤ ਤਰੀਕੇ ਨਾਲ ਸ਼ੇਅਰ ਨਾ ਕਰੇ ਅਮ ਇਹ ਜੋ ਇਨਫੋਰਮੇਸ਼ਨ ਹੈ ਇਨਫੋਰਮੇਸ਼ਨ ਤੁਹਾਡੀ ਸੇਮ ਹੀ ਹੈਗੀ private personal information about your health eh hun collect ho rahi hai kisi third party unregulated unprotected organization jo business for profit hegi right so tusi khud samajh sakde ho ki ede vich abuse da kinna potential ho sakda hai ਹੈ ਨਗਰਪਾ ਆਮ ਸਕੇਲ ਦੀ ਗੱਲ ਕਰਦੇ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੱਖ-ਵੱਖ ਐਕਸਪਰਟਸ ਕਹ ਰਹੇ ਨੇ ਕਿ ਇਸ ਤਰ੍ਹਾਂ ਦੀ ਐਪ ਨੂੰ ਕਮ ਕਰਨ ਲਈ ਸਕਸੈਸਫੁਲ ਹੋਣ ਲਈ ਕਿਸੇ ਵੀ ਪੋਪੂਲੇਸ਼ਨ ਦੀ 80% ਐਟ ਲੀਸਟ ਉਸ ਚੀਜ਼ ਵਿੱਚ ਪਾਰਟਿਸਿਪੇਟ ਉਹਨਾਂ ਨੂੰ ਕਰਨਾ ਪੈਣਾ ਹੈ ਸੋ ਯੂ ਕੈਨ ਇਮੇਜਿਨ ਇਨੀ ਜਿਆਦਾ ਇਨਫੋਰਮੇਸ਼ਨ ਇੱਕ ਪੋਪੂਲੇਸ਼ਨ ਦੀ ਹੈਲਥ ਦੇ ਬਾਰੇ ਆਮ ਕਿਸੇ ਗਲਤ ਹੱਤਾ ਚ ਅਗਰ ਉਹ ਪਹੁੰਚਦੀ ਹੈ ਕੀ ਡੈਮੇਜ ਹੋ ਸਕਦਾ ਹੈ ਰਾਈਟ ਵਾਂਸ ਅਗੇਨ ਜਦੋਂ ਯੂ نو ਲੋਕੀ ਆਪਣੀ ਪਰਸਨਲ ਡਾਟਾ ਦੇ ਬਾਰੇ ਸੋਚਦੇ ਇਟਸ ਇਨ ਦਾ ਬੈਕ ਆਫ ਯੂਰ ਮਾਈਂਡ ਉਹ ਤੁਸੀਂ ਜ਼ਿਆਦਾ ਖਿਆਲ ਨਹੀਂ ਕਰਦੇ ਉਸ ਚੀਜ਼ ਬਾਰੇ ਅਨਲੈਸ ਕੋਈ ਸਿਚੁਏਸ਼ਨ ਆਂਦੀ ਹੈ ਤੁਹਾਡੇ ਸਾਹਮਣੇ ਰਾਈਟ ਬਟ ਸਾਨੂੰ ਇਸ ਚੀਜ਼ ਨੂੰ ਡੈਫੀਨਟਲੀ ਅਵੇਅਰ ਹੋਣਾ ਚਾਹੀਦਾ ਇਸ ਚੀਜ਼ ਬਾਰੇ ਬਿਕੋਜ਼ ਐਸ ਦਾ ਟਾਈਮ ਗੋਜ਼ ਜਿਸ ਤਨਾ ਆਨਮਾਲੇ ਸਮੇਂ ਵਿੱਚ ਇਹ ਕ੍ਰਾਈਸਿਸ ਇਵੋਲਵ ਹੁੰਦੀ ਹੈ ਜ਼ਰੂਰ ਤੁਹਾਡੀ ਪ੍ਰਾਈਵੇਸੀ ਤੇ ਤੁਹਾਡੀ ਜੋ ਹੈਲਥ케ਅਰ ਦੀ ਇਨਫੋਰਮੇਸ਼ਨ ਹੈ ਉਹਦੇ ਕਨਸਰਨ ਜ਼ਰੂਰ ਉਭਰ ਕੇ ਹੋਰ ਲਿਕਲਣਗੇ ਕਿ ਕਿਸ ਤਨਾ ਇਸ ਚੀਜ਼ ਵਿੱਚ ਅਬਿਊਜ਼ ਹੋ ਸਕਦਾ ਹੈ ਅਗਰ ਮੈਂ ਅਮਰੀਕਾ ਦੀ ਓਵਰਆਲ ਮਾਈਂਡਸੈਟ ਬਾਰੇ ਇੱਥੇ ਥੋੜੀ ਜੀ ਗੱਲ ਕਰਾਂ ਆ ਜੋ ਪਿਊ ਰਿਸਰਚ ਸੈਂਟਰ ਹੈਗਾ ਜੋ ਇੱਥੇ ਦਾ ਇੱਕ ਬਹੁਤ ਹੀ ਆ ਵੱਡਾ ਤੇ ਵੈਲ ਰਿਗਾਰਡਡ ਰਿਸਰਚ ਸੈਂਟਰ ਹੈਗਾ ਉਹਨਾਂ ਨੇ ਰਿਸਰਚ ਕੰਡਕਟ ਕੀਤੀ ਕਿ ਕਿਸ ਤਰ੍ਹਾਂ ਅਮਰੀਕਨਸ ਅੱਜ ਫੀਲ ਕਰਦੇ ਆਪਣੀ ਪ੍ਰਾਈਵੇਟ ਇਨਫੋਰਮੇਸ਼ਨ ਨੂੰ ਲੈ ਕੇ ਕਿ ਅਗਰ ਉਹ ਸ਼ੇਅਰ ਹੋਣੀ ਹੋਏ ਤੁਹਾਡੀ ਹੈਲਥ ਲਈ ਤੁਹਾਡੀ ਸੇਫਟੀ ਲਈ ਕਿਸ ਤਰ੍ਹਾਂ ਤੁਹਾਡਾ ਉਹਦੇ ਬਾਰੇ ਖਿਆਲ ਹੈ ਤੇ ਇਹਨਾਂ ਨੇ ਡਿਸਕਵਰ ਕੀਤਾ ਥੈਟ ਅਮਰੀਕਨਸ ਆਰ ਸਪਲਟ ਰਾਈਟ ਅਮ ਇਸ ਚੀਜ਼ ਨੂੰ ਲੈ ਕੇ ਮੋਸਟਲੀ ਅਮਰੀਕਨ ਸਪਲਿਟ ਹਨ ਕਿ ਅਮ ਯੂ نو ਮੱਚ ਲਾਈਕ ਦ ਸਟੇਟਸ ਜਿਸ ਤਰ੍ਹਾਂ ਵਕ ਵਕ ਸਟੇਟਾਂ ਅੱਜ ਡਿਬੇਟ ਕਰ ਰਹੀਆਂ ਕਿ सेफ्टी प्रकोशनसूने um, uh, चाहिए फ्रीडम हैगी लिबरटीज़ हैं जिन्होंने तुम्हें अगे रख के uh, तहत जीना चाहिए आम इस um, तरह ये प्यू रिसर्च सेंटर कह रहा है वन इट कम्स योर डेरा कि जो थोड़ी परसनल इनफोरमेन हैगी यूनाइट स्टेट्स का जो फीलिंग है जो ये बारे उन्होंने ख्याल कंपलीटली स्पलिट हैं तो मैं हूँ थोड़े तो सुनना चाहती हाँ कि सोचते हो इस मुद ਦੇ ਬਾਰੇ ਕਿ ਇੱਕ طرف ਪਬਲਿਕ ਸੇਫਟੀ ਐਂਡ ਪਬਲਿਕ ਹੈਲਥ ਐਂਡ ਦੂਜੀ طرف ਤੁਹਾਡੀ ਪਰਸਨਲ ਸੇਫਟੀ ਤੁਹਾਡੀ ਪਰਸਨਲ ਇਨਫੋਰਮੇਸ਼ਨ ਤੁਹਾਡੀ ਪ੍ਰਾਈਵੇਸੀ ਤੁਹਾਡੀ ਲਿਬਰਟੀ ਹਮ ਕਿਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਇਨਕਾਊਂਟਰ ਕਰ ਰਹੇ ਹੋ ਅੱਜ ਦੀ ਡੇਟ ਵਿੱਚ ਤੇ ਕੀ ਤੁਹਾਡਾ ਐਕਸਪੀਰੀਅੰਸ ਹੈਗਾ ਤੁਸੀਂ ਜ਼ਰੂਰ ਸਾਨੂੰ ਕਾਲ ਕਰਕੇ ਸ਼ੇਅਰ ਕਰ ਸਕਦੇ ਹੋ ਗੱਲ ਇਸੇ ਤਰ੍ਹਾਂ ਚੱਲਦੀ ਰਹੂਗੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅਜਜ਼ਮ ਮੁੱਦਾ ਤੇ ਇਹ ਤੁਹਾਡਾ ਮੰਚ ਤੁਹਾਡਾ ਚੈਨਲ ਤੇ ਤੁਹਾਡੀ ਗੱਲ ਸੁਣਨ ਦਾ ਹੁਣ ਟਾਈਮ ਆ ਗਿਆ ਹੈ ਮੈਂ ਇਹ ਮੁੱਦਾ ਤੁਹਾਡੇ ਅੱਗੇ ਰੱਖਿਆ ਹੈ ਬਿਕੋਜ਼ ਮੈਂ ਚਾਹੁੰਦੀ ਆ ਸਾਡਾ ਜੋ ਇੱਥੇ ਮਿਸ਼ਨ ਹੈ ਜੋ ਸਾਡਾ ਮੋਟੋ ਹੈ ਉਹ ਇਹ ਹੈ ਕਿ ਤੁਹਾਨੂੰ ਜਾਂ ਜਾਣਕਾਰੀ ਮਿਲੇ ਜਾਂ ਕੁਝ ਗਾਈਡੈਂਸ ਮਿਲੇ ਕੁਝ ਅਵੇਅਰਨੈਸ ਮਿਲੇ ਵਕ ਵਕ ਟੌਪਿਕਸ ਮੁੱਦਿਆਂ ਬਾਰੇ ਜਿਨ੍ਹਾਂ ਦੀ ਸਾਨੂੰ ਕਮਿਊਨਿਟੀ ਦੇ ਤੌਰ ਤੇ ਜਾਂ ਇੰਡੀਵਿਜੂਅਲ ਦੇ ਤੌਰ ਤੇ ਪਤਾ ਹੋਣਾ ਚਾਹੀਦਾ ਹੈ ਤੇ ਮੈਂ ਤੁਹਾਨੂੰ ਦੱਸਾਂ ਕਿ ਸਾਡੀ ਗੱਲ ਅੱਜ ਤੁਹਾਡੇ ਪਰਸਨਲ ਡਾਟਾ ਦੇ ਬਾਰੇ ਹੋ ਰਹੀ ਹੈ ਉਹਨੂੰ ਤੁਸੀਂ ਕਿਸ ਤਰ੍ਹਾਂ ਪ੍ਰੋਟੈਕਟ ਤੁਹਾਨੂੰ ਕਰਨਾ ਚਾਹੀਦਾ ਤੇ ਜਦੋਂ ਪਰਸਨਲ ਡਾਟਾ ਦੀ ਗੱਲ ਆਉਂਦੀ ਹੈ ਵੀ ਆਰ ਇਨ ਅ ਹੈਲਥ ਕ੍ਰਾਈਸਿਸ ਐਂਡ ਅਜ ਜਿਹੜਾ ਪਰਸਨਲ ਹੈਲਥ ਕੇਅਰ ਦੀ ਇਨਫੋਰਮੇਸ਼ਨ ਹੈਗੀ ਉਹ ਕਿਸ ਤਰ੍ਹਾਂ ਕਲੈਕਟ ਹੋਏਗੀ ਕਿਸ ਤਰ੍ਹਾਂ ਉਹ ਅਬਿਊਜ਼ ਹੋ ਸਕਦੀ ਹੈ ਤੇ ਵੱਖ-ਵੱਖ ਕੰਟਰੀਜ਼ ਵਿੱਚ ਕਿਸ ਤਰ੍ਹਾਂ ਇਹ ਸਿਚੁਏਸ਼ਨ ਪਲੇ ਆਊਟ ਹੋ ਰਹੀ ਹੈ ਆਮ ਕਾਲਰ ਸਰ ਨਾਲ ਜੁੜ ਚੁੱਕੇ ਤੇ ਸੁਣ ਲੈਣੇ ਉਹਨਾਂ ਦੇ ਵਿਚਾਰ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰ ਹੋ ਹੈਲੋ ਪ੍ਰਿੰਦੀ ਸਤਿ ਸ੍ਰੀ ਅਕਾਲ ਮੈਂ ਜਿਹੜਾ ਪਾਸਿੰਗ ਬੋਲਦਾ ਜੀ ਸੈਂਸਰਸ ਇਸਕਤੋ ਸਤਿ ਸ੍ਰੀ ਅਕਾਲ ਜੀ ਦੱਸੋ ਦੇਖੋ ਪੈਂ ਜੀ ਇਹ ਅਸਲ ਵਿੱਚ ਨਾ ਇਹ ਜਿਹੜਾ ਇਹ ਸਾਰਾ ਡਾਟਾ ਜਿਹੜਾ ਵਰਲਡ ਵਾਈਡ ਕਲੈਕਟ ਹੋਣਾ ਚਾਹੀਦਾ ਜੀ ਜੀ ਹਣ ਜਿੱਦਾਂ ਬਹੁਤ ਬੁਹਾਨ ਦੇ ਅੰਦਰ ਆਇਆ ਸੀ ਵਾਇਰਸ ਹੀ ਆਇਆ ਸੀ ਅਗਰ ਉਹਦੀ ਇਨਫਾਰਮੇਸ਼ਨ ਸਾਰੇ ਵਰਲਡ ਦੇ WHO ਕੋਲ ਹੁੰਦੀ ਸਾਰੇ ਇਹ ਰਾਈਟ ਵਿੱਚ ਉਹਨੂੰ ਡਿਟੈਕਟ ਕਰ ਸਕਦੇ ਸੀ ਉਹ ਇਹ ਕੋਵਿਡ 19 ਵਾਇਰਸ ਹੈਗਾ ਇਹ ਮਤਲਬ ਇਸ ਡਿਫਰੈਂਟ ਕਾਈਂਡ ਆਫ ਵਾਇਰਸ ਉੱਤੇ ਉਸ ਟਾਈਮ ਤੇ ਅਟੈਂਸ਼ਨ ਪੇ ਕੀਤੀ ਜਾ ਸਕਦੀ ਸੀ ਉਹ ਉਹਨਾਂ ਨੇ ਇਹਨੂੰ ਸੀਕ੍ਰਟ ਰੱਖਿਆ ਦੇ ਲੋ ਆਪਾਂ ਸਾਰੇ ਉਹਦੀ ਚੀਜ਼ ਉਹਦੀ ਪ੍ਰਾਈਸ ਪੇ ਕਰ ਰਹੇ ਆ ਤੇ ਬਾਕੀ ਭਾਈ ਜੀ ਪ੍ਰਾਈਵੇਸੀ ਦਾ ਵੀ ਤਦੇ ਹੀ ਫਾਇਦਾ ਆ ਜੇ ਤੁਸੀਂ ਜੀਂਦੇ ਰਹੋਗੇ ਜੀ ਜੇ ਤੁਸੀਂ ਮਰੇ ਹੀ ਜਾਣਾ ਆ ਐ ਇਦਾਂ ਦੇ ਵਾਇਰਸ ਦੇ ਨਾਲ ਤਾਂ ਫੇਰ ਜਿਹੜੀ ਪ੍ਰਾਈਵੇਸੀ ਦਾ ਵੀ ਕੀ ਫਾਇਦਾ ਜੀ انا ਤੇ ਹੁਣ ਦੇ ਦੇਖੋ ਪਿਛਲੇ ਪਿਛਲੇ 10 15 ਸਾਲ ਦੇ ਵਿੱਚ ਜਿਹੜਾ ਚਿਕਨ ਵਾਇਰਸ ਉਹ ਵੀ ਚਾਈਨਾ ਤੋਂ ਆਇਆ ਜਿਹੜਾ ਐਬੋਲਾ ਉਹ ਅਫਰੀਕਾ ਤੋਂ ਆਇਆ ਕਿਉਂਕਿ ਜਿਹੜੀਆਂ ਥਰਡ ਵਰਡਸ ਕੰਟਰੀ ਆ ਇਹਨਾਂ ਤੇ ਸਪੈਸ਼ਲੀ WHO ਨੂੰ ਚਾਹੇ ਅਮਰੀਕਾ ਨੂੰ ਜਿਹੜੀਆਂ ਫਸਟ ਵਰਡ ਕੰਟਰੀ ਇਹਨਾਂ ਨੂੰ ਸਟ੍ਰਿਕਟ ਹੋਣਾ ਚਾਹੀਦਾ ਕਿਉਂਕਿ ਇਹ ਨੀਟ ਐਂਡ ਕਲੀਨ ਫੂਡ ਨਹੀਂ ਖਾਂਦੇ ਇਹਨਾਂ ਦੇ ਰੈਸਟੋਰੈਂਟਾਂ ਦਾ ਕੋਈ ਸਟੈਂਡਰਡ ਨਹੀਂ ਕੋਈ ਹੁਣ ਦੇਖੋ ਸੌਰੀ ਟੂ ਡੌਂਟ ਮਾਈਂਡ ਇਟ ਹੁਣ ਇੰਡੀਆ ਦੇ ਵਿੱਚ ਲੋਕੀ ਕਾਓ ਯੂਰਨ ਕਾਓ ਦਾ ਯੂਰਨ ਪੀਣ ਲੱਗ ਪਏ ਆ ਫੇਰ ਉਹ ਕਹਿੰਦੇ ਉਹਦੀ ਸ਼ਰਟ ਵੀ ਖਾਓ ਅੱਛਾ ਹੁਣ ਧਿਆਨ ਹੋ ਨੋਜ਼ ਕਾ ਉਹਦਾ ਯੂਰਨ ਪੀਣ ਨਾਲ ਜਿਹੜਾ ਹਿਊਮਨ ਬੀਇੰਗ ਉੱਥੋਂ ਇੰਡੀਆ ਤੋਂ ਆਊਗਾ ਉਹਨੂੰ ਕਿਹੜਾ ਵਾਇਰਸ ਹੋ ਸਕਦਾ ਜੀ ਉਹ ਅਮਰੀਕਾ ਦੇ ਅੰਦਰ ਇੱਕ ਵੱਡੀ ਪ੍ਰੋਬਲਮ ਹੈ ਯੂਰਪ ਦੇ ਅੰਦਰ ਇੱਕ ਬਹੁਤ ਵਰਲਡ ਵਾਈਡ ਉਹਦੇ ਇਹ ਤੁਰੇ ਇਹ ਮਤਲਬ ਬਈ ਤੋਂ ਬਾਇਓਲੋਜੀਕਲ ਵੈਪਰ ਹੈ ਜੀ ਤੇ ਇਹ ਇੱਕ ਬੈਕਟਰੀਆ ਜਾ ਕੇ ਸਾਰੇ ਵਰਲਡ ਨੂੰ ਖਰਾਬ ਕਰ ਸਕਦਾ ਇਸ ਕਰਕੇ ਜਿਹੜਾ ਇਹ ਡਾਟਾ ਕਲੈਕਟ ਹੋਣਾ ਬਹੁਤ ਜ਼ਰੂਰੀ ਪਲੱਸ ਉਸ ਤੋਂ ਮੈਂ ਕਹਿੰਦਾ ਹੋਰ ਵੀ ਦਿੱਤੇ ਜਾਣਾ ਚਾਹੀਦਾ WHO ਹੈ ਸਟ੍ਰਿਕਟ ਲਾਈਨਸ ਫਾਇਰਨ ਦੇ ਚਾਹੀਏ ਆ ਵੀ ਤੁਹਾਡੇ ਜਿਹੜੇ ਰੈਸਟੋਰੈਂਟ ਆ ਤੁਹਾਡੀ ਜਿਹੜੀ ਹੈਲਥ ਡਿਪਾਰਟਮੈਂਟ ਆ ਉਹ ਸਾਡੇ ਹਰੇਕ ਜੀ ਉਹਦੀ ਰਿਪੋਰਟ ਹੋਣੀ ਚਾਹੀਦੀ ਸਾਨੂੰ ਹਾਂ 6 ਮਹੀਨਿਆਂ ਬਾਅਦ ਉਹਨੇ ਕਿੰਨੇ ਨੂੰ ਕਿੱਕ ਕੀਤਾ ਕਿੰਨੇ ਨੂੰ ਫਾਈਨ ਕੀਤਾ ਜਿਹੜਾ ਫੋੜ ਕਿੱਦਾਂ ਹੁਣ ਸੌਰੀ ਮੈਂ ਮੈਂ ਸੈਕਿੰਡ ਹੋ ਲਊਗਾ ਜੇ ਤੁਸੀਂ ਇੰਡੀਆ ਚ ਜਾਓ ਨਾ ਜਿਹੜੇ ਹਾਈਵੇ ਦੇ ਉੱਪਰ ਫੁੱਲੇ ਆ ਉਹ ਜਿਹੜੇ ਗੋਟ ਆ ਉੱਦੇ ਵੰਡ ਕੇ ਅੰਦਰ ਟੰਗ ਦਿੰਦੇ ਆ ਉਹ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਕਿੰਨੇ ਟੈਂਪਰੇਚਰ 'ਤੇ ਰੱਖਣਾ ਹੁਣ ਸਾਨੂੰ ਕੀ ਪਤਾ ਉਹਦੇ ਵਿੱਚ ਕੀ ਵਾਇਰਸ ਆ ਗਿਆ ਆ ਜੀ 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 ਬੇਜੁਰਰੀਆ ਮਤਲਬ ਇੱਕ ਬੰਦਾ ਆ ਸਾਰੇ ਵਰਲਡ ਨੂੰ ਲਾਕਡਾਊਨ ਕਰ ਸਕਦਾ ਜੀ ਐਬਸੋਲੂਟਲੀ ਥੈਂਕ ਯੂ ਸੋ ਮੱਚ ਕਾਲਰ ਤੁਸੀਂ ਇਨਾ ਵਧੀਆ ਪੁਆਇੰਟ ਜਿਸਪਾਲ ਜੀ ਸਾਡੇ ਨਾਲ ਰੱਖਿਆ ਆਮ ਕੀ ਤੁਹਾਡੇ ਖਿਆਲ ਤੁਹਾਡੇ opinion ਵਿੱਚ ਹੋਰ ਵੀ ਜ਼ਿਆਦਾ ਡੇਟਾ ਦੀ ਕਲੈਕਸ਼ਨ ਹੋਣੀ ਚਾਹੀਦੀ ਹੈ ਇਸ ਹੈਲਥ ਕ੍ਰਾਈਸਿਸ ਨੂੰ ਸੋਲਵ ਕਰਨ ਲਈ ਸਟਾਪ ਕਰਨ ਲਈ ਰਾਈਟ ਬਟ ਮੈਂ ਜ਼ਰੂਰ ਇੱਕ ਚੀਜ਼ ਦਾ ਨੋਟ ਇੱਥੇ ਬਣਾਉਣਾ ਚਾਹੁੰਦੀ ਆ ਤੁਸੀਂ ਕਿਹਾ ਕਿ ਏ WHO ਆਰਗੇਨਾਈਜੇਸ਼ਨ ਨੂੰ ਕਰਨੀ ਚਾਹੀਦੀ ਹੈ ਅੱਜ ਦੀ ਡੇਟ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਹਾਂਜੀ ਮੈਨੂੰ ਹੋਰ ਡਾਟਾ ਦੀ ਕਲੈਕਸ਼ਨ ਚਾਹੀਦੀ ਹੈ ਬਿਕਾਜ਼ ਤੁਸੀਂ ਇੱਕ ਉਹੋ ਜੀ ਆਰਗੇਨਾਈਜੇਸ਼ਨ ਤੋਂ ਡਾਟਾ ਕਲੈਕਸ਼ਨ ਕਰਾਉਣਾ ਚਾਹੁੰਦੇ ਹੋ ਜੋ ਇੰਨੀ ਵੈਲ ਨੋਨ ਵੈਲ ਰਿਗਾਰਡਡ ਉਹਦੀ ਕ੍ਰੈਡੀਬਿਲਟੀ ਕਿੰਨੀ ਜ਼ਿਆਦਾ ਹੈ ਵਰਲਡ ਵਾਈਡ ਉਹਨਾਂ ਨੇ ਆਪਣੇ ਆਪ ਨੂੰ ਪ੍ਰੂਫ ਕਿੰਨਾ ਕੀਤਾ ਹੁਣ ਤੁਸੀਂ ਸੋਚੋ ਸੇਮ ਲੈਵਲ ਆਫ ਡਾਟਾ ਕਨੈਕਸ਼ਨ ਹੋਏ ਬਟ ਕਿਸੇ ਰੈਂਡਮ ਟੈਕਨੋਲੋਜੀ ਕੰਪਨੀ ਦੇ ਨਾਲ ਜਿਹਦਾ ਕੋਈ ਟਰੈਕ ਰੈਕੋਰਡ ਨਹੀਂ ਕੋਈ ਅਕਾਉਂਟੇਬਿਲਟੀ ਤੁਹਾਡੇ ਕੋਲ ਨਹੀਂ ਐਂਡ ਉਹ ਫੋਰ ਪ੍ਰੋਫਿਟ ਕੰਮ ਕਰਦੇ ਆ। ਦੈਟਸ ਦੈਟਸ ਦ ਡਿਫਰੈਂਸ ਹੇਰ ਇਥੇ ਇਹੀ ਡਿਫਰੈਂਸ ਆਪਾਂ ਡਿਸਕਸ ਕਰ ਰਹੇ ਆ। ਯੈਸ ਅਗਰ ਕੋਈ ਅਫੀਸ਼ੀਅਲ ਐਂਟੀਟੀ ਪਾਵੇ ਉਹ WHO ਪਾਵੇ ਉਹ ਜਿੱਦਾਂ ਤੁਸੀਂ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਜਾਂ USDI ਕੋਈ ਗਵਰਨਮੈਂਟ ਐਂਟੀਟੀ ਹੋਈ ਅਲੱਗ ਗੱਲ ਹੈ। ਬਟ ਅਗਰ ਕੋਈ ਥਰਡ ਪਾਰਟੀ ਉਸ ਚੀਜ਼ ਨੂੰ ਕਲੈਕਟ ਕਰ ਰਹੀ ਹੈ ਉਹ ਕਿਸ ਤਰ੍ਹਾਂ ਉਹਨੂੰ ਯੂਜ਼ ਕਰ ਸਕਦੇ ਆ। ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰ ਹੋ? ਹਾਂਜੀ ਸਤਿ ਸ਼੍ਰੀ ਅ ਆਰਡਾਂਸਿੰਗ ਫਰਮੋਰ ਸਸੀਕਲ ਡਾਕਟਰ ਸਰਾਉਂਦ ਸੋ ਅੰ ਬਸ ਤੁਸੀਂ ਬਹੁਤ ਚੀਜ਼ ਮਿਸ਼ ਤੇ ਰਹਿਓ ਕਿਉਂਕਿ ਜਿਹੜੀ ਤੁਹਾਡੀ ਹੈਲਥ ਡਾਇਬੀਟੀਸ ਹੈ ਨਾ ਉਸ ਰੋਟੇ ਵਿੱਚ ਜਿਹਨ ਤੁਸੀਂ ਹੈ ਨਾ ਸਹੀ ਪਾ ਜੀ ਮੈਂ ਸਬਜੈਕਟ ਹੋਣਾ ਹੈ ਤੇ ਉਹ ਕਹਿੰਦੇ 250000 ਡਾਕਟਰ ਫਾਈਨੋ ਸਕਦਾ ਕਿ ਤੁਸੀਂ ਪ੍ਰਾਈਵੇਟ ਹੈਲਥ ਇਨਫਰਮੇਸ਼ਨ ਕਿਛ ਲਿਓ ਜੀ ਸੋ ਇਟਸ ਵੈਰੀ ਸੀਰੀਅਸ ਇਨ ਦਿਸ ਕੰਟਰੀ ਜੀ ਜੀ ਪਰ ਜੇ ਇਹ ਦੀ ਗੱਲ ਕਰੋ

ਹਾਰਟਸਪਾਰਟ ਦੇ ਵਿੱਚ ਜੋ ਟੈਸਟ ਵੀ ਕਰਦੇ ਆ ਨਾ ਤੇ ਕੰਮ ਫਾਲਸ ਪੋਜ਼ਿਟਿਵ ਫਾਲਸ ਨੈਗੇਟਿਵ ਜਿਵੇਂ ਵਾਈਟ ਹਾਊਸ ਦੇ ਵਿੱਚ ਉਹ ਮਿਲਰ ਨੂੰ ਪਹਿਲੇ ਦਿਨ ਕੋਈ ਹੈ ਹੀ ਨਹੀਂ ਸੀ ਦੂਸਰੇ ਦਿਨ ਪੋਜ਼ਿਟਿਵ ਆ ਗਿਆ ਸੋ ਇਟਸ ਅ ਫਾਲਟੀ ਟੈਸਟਿੰਗ ਪ੍ਰੋਸੀਜਰ ਇਹ ਹੋਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਇਸ ਪ੍ਰੋਬਲਮ ਨੂੰ ਲੇਕਰ ਨਾ ਤਾਂ ਜੀ ਤੇ ਉਹ ਹੋ ਨਹੀਂ ਰਿਹਾ ਦੁਨੀਆ ਪਰ ਤੇ ਜੀ 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 ਜੇ ਕਿਤੇ ਹੁਣ ਦੇਖੋ ਕੱਲ ਦੀ ਗੱਲ ਹੈ ਵੰਡ ਦੇ 6 ਕੇਸ ਆਏ ਜੀ ਉਹਨਾਂ ਨੇ 11 ਮਿਲੀਅਨ ਪੀਪਲ ਦੀ ਟੈਸਟਿੰਗ ਕਰਨੀ ਹੈ ਵਿਧਨ ਵੀਕ ਯਾ ਨੈਕਸਟ ਵੀ ਵੇ ਟੂ ਗੋ ਰਾਈਟ 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 ਆਪਣੇ ਜਿਹਨਾਂ ਟੈਸਟ ਨਹੀਂ ਕਰਦੇ ਉਸ ਤੋਂ ਬਾਅਦ ਉਹਦੀ ਟਰੈਕਿੰਗ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਨੋ ਨਾ ਨਾ ਜੀ 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 ਉਸ ਤੋਂ ਬਾਅਦ ਇਹਦਾ ਹਲ ਹੈ ਨਹੀਂਗਾ ਐਸਾ ਜੀ ਡਾਕਟਰ ਸਰਾ थैंक यू सो मच ਹਾਂਜੀ ਜੀ थैंक यू सो मच फॉर कॉलिंग एंड शेयरिंग दैट ऑफ कोर्स टेस्टिंग ਦੇ ਨਾਲ ਇਹ ਸਾਰੀ ਚੀਜ਼ ਸ਼ੁਰੂ ਹੁੰਦੀ ਹੈ ਬਟ ਟੈਸਟਿੰਗ ਤੋਂ ਬਾਅਦ ਜੋ ਕੰਟੈਕਟ ਟ੍ਰੇਸਿੰਗ ਹੈ ਜੋ ਇਨਫੋਰਮੇਸ਼ਨ ਉਹ ਕਲੈਕਟ ਕਰ ਰਹੀ ਹੈ ਉਹ ਸਾਡਾ ਅੱਜ ਦੀ ਡੇਟ ਵਿੱਚ ਕੰਸਰਨ ਹੈ ਅਮੰਗ ਅਦਰ ਥਿੰਗਸ ਉਹਦੇ ਵਿੱਚ ਵੀ ਸਾਨੂੰ ਡਿਸਕਸ਼ਨ ਕਰਨੀ ਜ਼ਰੂਰੀ ਹੈ ਸਸ੍ਰੀਕਾਲ ਤੁਸੀਂ ਔਨ 에ਰੋ ਹਾਂਜੀ ਸਸ੍ਰੀਕਾਲ ਜੀ ਦੱਸੋ ਮੈਂ ਸੈਟਿੰਗ ਮਤਲਬ ਲਾਈ ਗਿਆ ਹੁਜੇ ਤੇ ਇੰਡੀਆ ਵਰਗਾ ਕੰਟਰੀ ਜੇ ਸਾਡੇ ਇਹ ਦਾਟਾ ਰਿਹਾ ਹੈ ਜੀ ਇਹ ਬੜੀ ਬਣੀ ਖੁਸ਼ੀ ਦੀ ਗੱਲ ਹੈ ਜੀ ਮੈਂ ਸਮਝਦਾ ਕਿ ਚਾਹੀਦੀ ਹੈ ਸਦਾ ਹਰਿਬਾਗਰ ਤੱਕ ਉਹਨਾਂ ਜੀ 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 ਬੜੀ ਅਚੀ ਪ੍ਰਾਈਵੇਸੀ ਹੈ ਜੀ ਪ੍ਰਾਈਵੇਸੀ ਹਰ ਇੰਡੀਵਿਜੂਅਲ ਬਣੀ ਚਾਹੀਦੀ ਹੈ ਜੀ ਇਹ ਬਣੀ ਅੱਛੀ ਗੱਲ ਹੈ ਮੈਂ ਗੱਲ ਨੂੰ ਦੱਬੇ ਵੀ ਕਰਨਾ ਜੀ ਏ ਬਹੁਤ ਚੰਗੀ ਇਨਫੋਰਮੇਸ਼ਨ ਦਿੱਤੀ ਹੈ। थैंक यू सो मच थैंक यू सो मच सर। ਅ ਗੱਲ ਇਸ ਤਰ੍ਹਾਂ ਜਾਏ ਰਹੀ ਕਿ ਅਪ ਇੱਕ ਹੋਰ ਛੋਟੀ ਜੀ ਬ੍ਰੇਕ ਲਈ ਰੁਕਦੇ ਆ। ਤੁਸੀਂ ਵੀ ਜੁੜੇ ਰਹੋ ਮਿਲਦੇ ਆ ਬ੍ਰੇਕ ਤੋਂ ਬਾਅਦ। ਬ੍ਰੀਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਮੈਂ ਆਸ਼ਮਿਤਾ ਤੌਰ 'ਤੇ ਨਾਲ ਮੈਂ ਗੱਲ ਸਾਂਝੀ ਕਰ ਰਹੀਆਂ ਇੱਕ ਇਹੋ ਜਿਹਾ ਇਸ਼ੂ ਬਾਰੇ ਜੋ ਸ਼ਾਇਦ ਅੱਜ ਦੀ ਡੇਟ ਵਿੱਚ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ ਜਾਂ ਇੰਨੀ ਕੋਈ ਇੰਪੋਰਟੈਂਸ ਨਹੀਂ ਰੱਖਦਾ ਆ ਸਾਨੂੰ ਕੋਈ ਚਿੰਤਾ ਨਹੀਂ ਦਿੰਦਾ ਬਟ ਸਾਨੂੰ ਜ਼ਰੂਰ ਇਸ ਚੀਜ਼ ਬਾਰੇ ਅਵੇਅਰ ਹੋਣਾ ਚਾਹੀਦਾ ਬਿਕੋਜ਼ ਆਉਣ ਵਾਲੇ ਸਮੇਂ ਵਿੱਚ ਇਹ ਡਿਵੈਲਪ ਹੋ ਸਕਦੀ ਹੈ ਇੱਕ ਪੋਟੈਂਸ਼ੀਲੀ ਰਿਸਕੀ ਸਿਚੁਏਸ਼ਨ ਦੇ ਵਿੱਚ ਗੱਲ ਮੈਂ ਕਰ ਰਹੀਆਂ ਜੋ ਤੁਹਾਡੀ ਪਰਸਨਲ ਹੈਲਥ케ਅਰ ਰਿਲੇਟਡ ਇਨਫਰਮੇਸ਼ਨ ਇੱਕ ਮੋਬਾਈਲ ਐਪ ਦੇ ਜ਼ਰੀਏ ਕਲੈਕਟ ਕੋ ਸਕਦੀ ਹੈ um ਫਰਦਰ ਸੇਕ ਆਫ ਸੇਫਟੀ ਫਰ ਸੇਕ ਆਫ ਸਟਾਪਿੰਗ ਕੋਵਿਡ ਸਪਰੈਡ ਹੈ ਨਾ ਇਸ ਮਹਾਮਾਰੀ ਦੇ ਸਪਰੈਡ ਨੂੰ ਰੋਕਣ ਲਈ ਜਿਸ ਤਰ੍ਹਾਂ ਵਕ ਵਕ ਏਸ਼ੀਆਨ ਕੰਟਰੀਜ਼ ਪਾਵੇਂ ਚਾਇਨਾ ਸਾਊਥ ਕੋਰੀਆ ਜਪਾਨ ਸਿੰਗਾਪੁਰ ਜਾਂ ਇੰਡੀਆ ਕਰ ਰਹੇ ਹਨ um ਵਕ ਵਕ ਮੋਬਾਈਲ ਐਪਸ ਨੂੰ ਯੂਜ਼ ਕਰਕੇ ਪੋਪੂਲੇਸ਼ਨ ਨੂੰ ਉਹ ਕੰਟਰੋਲ ਕਰ ਰਹੇ ਕਿ ਕਿੱਥੇ ਕੋਰੋਨਾ ਵਾਇਰਸ ਦਾ ਸਪਰੈਡ ਹੋ ਰਿਹਾ ਹੈ ਕਿੱਥੇ ਨਹੀਂ ਹੋ ਰਿਹਾ ਉਸ ਇਨਫੋਰਮੇਸ਼ਨ ਦੇ ਮੁਤਾਬਕ ਉਹ ਵਕ ਵਕ ਡਿਸੀਜਨਸ ਲੈ ਰਹੇ ਹਨ ਕਿ ਇਸ ਏਰੀਆ ਨੂੰ ਸ਼ਟਡਾਊਨ ਆਪਾਂ ਐਕਸਟੈਂਡ ਕਰਨਾ ਹੈ ਇਸ ਏਰੀਆ ਨੂੰ ਆਪਾਂ ਰੀਓਪਨ ਕਰ ਸਕਦੇ ਆ ਇਸ ਤਰ੍ਹਾਂ ਦੇ ਡਿਸੀਜਨਸ ਇਸ ਇਨਫਰਮੇਸ਼ਨ ਦੇ ਬੇਸਿਸ ਤੇ ਲਿੱਤੇ ਜਾ ਰਹੇ ਹਨ ਉੱਥੇ ਸਾਨੂੰ ਇਹ ਪੁੱਛਣਾ ਜ਼ਰੂਰ ਸਾਨੂੰ ਪੁੱਛਣਾ ਚਾਹੀਦਾ ਹੈ ਕਿ ਇਹ ਇਨਫਰਮੇਸ਼ਨ ਕਿੰਨੀ ਸੇਫਲੀ ਕਲੈਕਟ ਹੋ ਰਹੀ ਹੈ ਇਸ ਇਨਫਰਮੇਸ਼ਨ ਨੂੰ ਕੌਣ ਯੂਜ਼ ਕਰ ਸਕਦਾ ਹੈ ਇਸ ਇਨਫਰਮੇਸ਼ਨ ਨੂੰ ਕੀ ਕੀ ਲਾਜ਼ ਰੈਗੂਲੇਟ ਕਰਦੇ ਆ ਰਾਈਟ ਜਿੱਥੇ ਇਨਫਰਮੇਸ਼ਨ ਅਗਰ ਤੁਸੀਂ ਉਦਾਂ ਡਾਕਟਰ ਦੇ ਕੋਲ ਜਾਂਦੇ ਹੋ ਅ ਯੂਨਾਈਟਿਡ ਸਟੇਟਸ ਵਿੱਚ ਇੱਕ ਬਹੁਤ ਹੀ ਵੱਡਾ ਬਹੁਤ ਸਟਰੋਂਗ ਲਾਅ ਪ੍ਰੋਟੈਕਟ ਕਰਦਾ ਹੈ ਕਿ ਤੁਹਾਡੀ ਜੋ ਸਾਰੀ ਇਨਫਰਮੇਸ਼ਨ ਤੁਸੀਂ ਕਿਸੇ ਡਾਕਟਰ ਨੂੰ ਦਿੰਦੇ ਹੋ ਉਹ ਡਾਕਟਰ ਅੱਗੇ ਤੁਹਾਡੀ ਪਰਮਿਸ਼ਨ ਤੋਂ ਬਿਨਾ ਨਹੀਂ ਸ਼ੇਅਰ ਕਰ ਸਕਦਾ ਉਸ ਇਨਫਰਮੇਸ਼ਨ ਨੂੰ ਡਾਕਟਰ ਕਿਸੇ ਹੋਰ ਥਰਡ ਪਾਰਟੀ ਨੂੰ ਬੇਚ ਨਹੀਂ ਸਕਦਾ ਅਗਰ ਉਹ ਇਨਫਰਮੇਸ਼ਨ ਤੁਹਾਡੀ ਕੋਈ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਲਈ ਬੜੇ ਜਿਦਾ ਕਹਿੰਦੇ ਨਾ ਸਟ੍ਰਿਕਟ ਫੈਡਰਲ ਲੈਵਲ ਦੇ ਆ ਕਨਸੀਕਵੈਂਸਸ ਉਹਨਾਂ ਨੂੰ ਫੇਸ ਕਰਨੇ ਪੈਂਦੇ ਐ ਸੋ ਇਹ ਤਾਂ ਪ੍ਰੋਟੈਕਸ਼ਨਸ ਆਲਰੇਡੀ ਐਗਜ਼ਿਸਟ ਕਰਦੀ ਹੈ ਯੂਨਾਈਟਿਡ ਸਟੇਟਸ ਦੇ ਵਿੱਚ ਅਗਰ ਤੁਸੀਂ ਨਾਰਮਲੀ ਕਿਸੇ ਡਾਕਟਰ ਕਿਸੇ ਹਸਪਤਾਲ ਵਿੱਚ ਜਾਂਦੇ ਹੋ ਉਹਨਾਂ ਨੂੰ ਆਪਣੀ ਪ੍ਰਾਈਵੇਟ ਹੈਲਥ케ਅਰ ਦੀ ਇਨਫੋਰਮੇਸ਼ਨ ਦੱਸਦੇ ਹੋ ਵਾਟ ਅਬਾਊਟ ਅਗਰ ਕੋਈ ਥਰਡ ਪਾਰਟੀ ਐਪਲੀਕੇਸ਼ਨ ਮੋਬਾਈਲ ਐਪਲੀਕੇਸ਼ਨ ਉਹੀ ਸਾਰੀ ਇਨਫੋਰਮੇਸ਼ਨ ਤੁਹਾਡੇ ਤੋਂ ਮੰਗ ਰਹੀ ਹੈ ਉਸ ਚੀਜ਼ ਨੂੰ ਰੱਖ ਰਹੀ ਹੈ ਕਲੈਕਟ ਕਰ ਰਹੀ ਹੈ ਸਟੋਰ ਕਰ ਰਹੀ ਹੈ ਬਟ ਉਸ ਐਪ ਨੂੰ ਜੋ ਲਾਜ਼ ਉਸ ਤਰ੍ਹਾਂ ਤੁਹਾਡੀ ਇਨਫਰਮੇਸ਼ਨ ਨੂੰ ਹਸਪਤਾਲ ਜਾਂ ਡਾਕਟਰ ਕੋਲ ਪ੍ਰੋਟੈਕਟ ਕਰਦੇ ਉਹ ਲਾਜ਼ ਇਸ ਮੋਬਾਈਲ ਐਪ ਨੂੰ ਲਾਗੂ ਨਹੀਂ ਹੁੰਦੇ ਅਗਰ ਉਹ ਜੋ ਲਾਜ਼ ਇਸ ਕੰਟਰੀ ਵਿੱਚ ਇਸ ਐਪਲੀਕੇਸ਼ਨ ਨੂੰ ਨਹੀਂ ਲਾਗੂ ਹੁੰਦੇ ਜੋ ਤੁਹਾਡੀ ਇਨਫਰਮੇਸ਼ਨ ਹੈ ਉਹਨੂੰ ਕਿੰਨਾ ਖਤਰਾ ਹੈ ਆਈ ਵਾਂਟ ਜੋ ਮੇਰਾ ਗੋਲ ਇਸ ਸ਼ੋਅ ਦੇ ਨਾਲ ਹੈਗਾ ਕਿ ਮੈਂ ਚਾਹੁੰਦੀ ਆ ਤੁਸੀਂ ਆਪਣੀ ਪਰਸਨਲ ਇਨਫੋਰਮੇਸ਼ਨ ਭਾਵੇਂ ਉਹ ਤੁਹਾਡੀ ਸੋਸ਼ਲ ਸਿਕਿਉਰਿਟੀ ਬੈਂਕਿੰਗ ਈਮੇਲ ਇਹ ਹੋ ਚੀਜ਼ਾਂ ਤਾਂ ਆਪਾਂ ਸੋਚਦੇ ਹਾਂ ਜੋ ਤੁਹਾਡੀ ਪ੍ਰਾਈਵੇਟ ਪਰਸਨਲ ਡਾਟਾ ਇਨਫੋਰਮੇਸ਼ਨ ਹੁੰਦੀ ਹੈ ਰਾਈਟ ਬਟ ਮੈਂ ਚਾਹੁੰਦੀ ਆ ਕਿ ਜੋ ਤੁਹਾਡੀ ਹੈਲਥ ਕੇਅਰ ਦੀ ਇਨਫੋਰਮੇਸ਼ਨ ਹੈਗੀ ਤੁਹਾਡੀ ਪ੍ਰਾਈਵੇਟ ਹੈਲਥ ਕੇਅਰ ਦੀ ਇਨਫੋਰਮੇਸ਼ਨ ਇਹਦੇ ਬਾਰੇ ਵੀ ਤੁਸੀਂ ਸੋਚੋ ਐਜ਼ ਇਫ ਇਟ ਵਾਸ ਅ ਫਿਜ਼ੀਕਲ ਆਬਜੈਕਟ ਜਿੱਦਾਂ ਤੁਸੀਂ ਆਪਣੀ ਗੱਡੀ ਆ ਆਪਣੇ ਘਰ ਨੂੰ ਪ੍ਰੋਟੈਕਟ ਕਰਦੇ ਹੋ ਤੁਸੀਂ ਸਰਵੇਲੈਂਸ ਸਿਕਿਉਰਿਟੀ ਅਲਾਰਮ ਤਾਲੇਲਾ ਕੇ ਯੂ نو ਯੂ ਡੂ ਆਲ ਦੋਸ ਥਿੰਗਸ ਟੂ ਪ੍ਰੋਟੈਕਟ ਯਰ ਹਾਊਸ ਟੂ ਮੇਨਟੇਨ ਇਟ ਰਾਈਟ ਇਸੇ ਤਰ੍ਹਾਂ ਤੁਸੀਂ ਆਪਣੀ ਹੈਲਥ ਕੇਅਰ ਇਨਫੋਰਮੇਸ਼ਨ ਬਾਰੇ ਵੀ ਸੋਚੋ ਕਿ ਇਹ ਚੀਜ਼ ਕੋਈ ਅਗਰ ਗਲਤ ਹੱਥ ਪਹੁੰਚਦੀ ਹੈ ਕਿਸ ਤਰ੍ਹਾਂ ਇਹ ਅਬਿਊਜ਼ ਹੋ ਸਕਦੀ ਹੈ ਐਨ ਆਨ ਵਾਲੇ ਸਮੇਂ ਦੋਨੋਂ ਕੀ ਕਨਸੀਕਵੈਂਸਸ ਹੋਦੇ ਹੋ ਸਕਦੇ ਆਮ ਕਾਲਰਸ ਵੀ ਸੜ ਨਾਲ ਜੁੜ ਚੁੱਕੇ ਹੈ ਸੁਣ ਲੈਣੇ ਉਹਨਾਂ ਦੇ ਵਿਚਾਰ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣਾ ਇਹ ਮੁੱਦਾ ਚੁੱਕਿਆ ਕਿ ਜਿਹੜਾ ਹੈਗਾ ਇਨਫੋਰਮੇਸ਼ਨ ਜੀ ਗੱਲ ਹੈ ਜਿਹੜੀ ਮੈਂ ਮੈ ਉਹਦੇ ਵਿੱਚ ਜਾਣਾ ਚਾਹਾਂਗਾ ਜਿਹੜੀ ਇਨਫੋਰਮੇਸ਼ਨ ਤੁਸੀਂ ਵੀ ਗੱਲ ਕੀਤੀ ਕਰੋਸਿਆਂ ਨੇ ਲਿਖਿਆ ਇਹ ਜਿਹੜਾ ਆਇਰਨ ਕਾਟਰਨਾ ਚਾਈਨਿਸ ਜਿਹੜੀ ਕਮਿਊਨਿਸਟ ਕੰਟਰੀ ਦੇ ਵਿੱਚ ਹੈਗਾ ਜੀ ਇਹ ਸਾਨੂੰ ਇਹ ਇਨਫੋਰਮੇਸ਼ਨ ਜਿਹੜੀ ਨਹੀਂ ਦਿੰਦੇ ਐ ਤੇ ਜਿਹੜਾ ਡਾਕਟਰ ਜਿਹਨੇ ਸ਼ੁਰੂ ਕੀਤਾ ਸੀਗਾ ਇਹ ਨੇ ਕਿਹਾ ਸੀ ਸਭ ਤੋਂ ਪਹਿਲੇ ਜੀ ਇਹਨਾਂ ਨੇ ਉਹਨੂੰ ਵੀ ਉਹਦਾ ਵੀ ਕਲਾ ਘਟਤਾ ਜੀ ਤੇ WHO ਦਾ ਗੱਲ ਵੀ ਘਟਤਾ ਜੀ ਇਨਫੋਰਮੇਸ਼ਨ ਬਾਰ ਥਿਸ ਇਜ਼ ਅ ਜੈਡੀ ਅਗੇ ਇਨਫੋਰਮੇਸ਼ਨ ਇਟ ਟਾਈਮਸ ਦੇ ਉੱਤੇ ਮੈਂ ਪੜ੍ਹ ਕੇ ਤੁਹਾਨੂੰ ਨਸ਼ੀਖ ਖਾਤੀ ਜੀ ਟਾਈਮ ਜਿਹੜੀ ਸਾਡੇ ਇਥੇ ਮੈਂ ਲਿਖ ਦੇ ਲੱਗੀ ਹਾਂ ਹਾਂ ਜੀ ਉਹਦੇ ਵਿੱਚ ਉਹਨਾਂ ਲਿਖਿਆ ਕਿ ਦੇਅਰ ਆਪ ਦੇਅਰ ਆਪ ਸੋ ਮੈਨੀ ਮੋਰ ਡੈਪਥ ਚਾਈਨਾ ਦੇਖੋ ਯਾਰਨ ਕਟਰ ਨਾ ਉਹ ਵੀ ਇਹਨਾਂ ਦਾ ਆਰਨ ਕਟਰ ਹੈ ਨਾ ਕਿ ਦੇਅਰ ਹਾਈਡਿੰਗ ਕਟਰ ਦੇ ਪਿਛਾੜਨ ਕੱਟ ਲਿਖ ਲਵਤਾ ਹੈ ਜੀ ਜੀ ਹਾਈਡਿੰਗ ਸਮਥਿੰਗ ਦੇਅਰ ਆਲਵੇਜ਼ ਹਾਈਡਿੰਗ ਇਸ ਦੇ ਵਿੱਚ ਇਹਨਾਂ ਨੇ ਕਿੰਨੇ ਬੰਦੇ ਮਰੇ ਨੇ ਉਹਨਾਂ ਨੇ ਕਿਹਾ ਕਿ ਇਹ ਸਾਰੇ ਲੋਕੀ ਸੈਲਫੋਨ ਯੂਜ਼ ਕਰਦੇ ਸਰ ਜੀ ਜਿਹਨੇ ਉਥੋਂ ਡਾਟਾ ਕਿਸੇ ਦੇ ਕੀਤਾ ਕਲੈਕਟ ਕੀਤਾ ਜਿਹੜੇ ਸੈਲਫੋਨ ਯੂਜ਼ ਕਰਦੇ ਸਨ ਜੀ ਫੋਨ ਤੇ ਉਹ ਜਿਹੜੇ ਬੰਦੇ ਮਰ ਗਏ ਉਹ ਉਸ ਤੋਂ ਜਸ ਕਨਫਰਮ ਹੋ ਜਾਂਦੀ ਜੀ ਤੇ ਇਸ ਕਰਕੇ ਜਿਹੜਾ ਉਹ ਬੰਦਾ ਵੀ ਜਿਹੜਾ ਡਾਕਟਰ ਨੇ ਕਿਹਾ ਸੀ ਉਹ ਵੀ ਉਹਨੇ ਉਹਦਾ ਉਹਨੂੰ ਕਰਕੇ ਵੀ ਨਹੀਂ ਬਾ ਆਰਾਮ ਦਿੱਤੀ ਗੱਲ ਐਂਡ ਹੀ ਡਾਈਡ ਉਹ ਜਿਸ ਨੂੰ 19 ਜੀ ਜੀ ਹੀ ਡਿਡ ਯਾ ਸੋ ਅਨੂਈ ਤੁਹਾਡਾ ਵੀ ਧੰਨਵਾਦ ਰੋਤਿਆਂ ਨੂੰ ਵੀ ਅਸੀਂ ਕਹੀਏ ਇਹਨੂੰ ਤੁਸੀਂ ਔਰ ਕਰੋਨਾ ਵਾਇਰਸ ਨਾ ਕਹੀਏ ਥਿਸ ਇਸ ਕੋਵਿਡ 19 ਕੋਵਿਡ 19 so, yes yes, so, yes. That we should be specific if we say ڈالر કેના ڈالر ਇਸ ਇਟ ਅ ਅਮਰੀਕਨ ڈالر ਕੈਨੇਡੀਅਨ ڈالر ਸਿੰਗਾਪੁਰ ڈالر ਇਟ ਇਸ ਕੋਵਿਡ 19 ਕਿੰਨੇ ਜਿਹੜਾ 100 ਤੱਕ 1 ਸਾਲ ਦਾ 2 ਸਾਲ ਦਾ ਕਿੰਨੀ ਵੈਕਟੀਨਾਂ ਚ ਲੱਗੇਗਾ ਹਾਲੇ ਤੱਕ ਕਿਸੇ ਨੂੰ ਕੁਝ ਸਮਝ ਨਹੀਂ ਲੱਗ ਰਹੀ ਤੇ ਚਲੋ ਰੱਬ ਦੇ ਆਸੇ ਚੱਲ ਰਹੇ ਆ ਤੇ ਦੇਖੋ ਵਾਹਿਗੁਰੂ ਜੀ ਕਦੇ ਪਾਸੇ ਵਾਈਕਿਆ ਤਾਂ ਸਵਾਹਿਗੁਰੂ ਪੱਲੀ ਕਰੇ ਥੈਂਕ ਯੂ so much ਸਰ ਥੈਂਕ ਯੂ ਤੁਹਾਡੀ ਕਾਲ ਲਈ ਐਂਡ ਤੁਸੀਂ ਸਾਨੂੰ ਇਹ ਕਮੈਂਟ ਸ਼ੇਅਰ ਕੀਤਾ that yes ਜਿੱਥੇ ਇਨਫੋਰਮੇਸ਼ਨ ਆਂਦੀ ਹੈ ਇਨਫੋਰਮੇਸ਼ਨ ਦੇ ਵਿੱਚ ਕਿੰਨੀਕ ਪਾਵਰ ਹੈ ਕਿ ਤੁਸੀਂ ਇਨਫੋਰਮੇਸ਼ਨ ਨੂੰ ਕੰਟਰੋਲ ਕਰਕੇ ਕਲੈਕਟ ਕਰਕੇ ਕਿਸ ਤਰ੍ਹਾਂ ਉਹਨੂੰ ਵੈਪਨ ਦੀ ਤੌਰ ਤੇ ਵੀ ਯੂਜ਼ ਕਰ ਸਕਦੇ ਹੋ ਐਂਡ ਇਹ ਹੀ ਥੀਮਸ ਸਾਨੂੰ ਦੇਖਣ ਨੂੰ ਮਿਲ ਰਹੀਆਂ ਪਿਛਲੇ ਕੁਝ ਮਹੀਨਿਆਂ ਤੋਂ ਇਸ ਤਰ੍ਹਾਂ ਇਹ ਕੋਵਿਡ-19 ਦੀ ਪੂਰੀ ਮਹਾਮਾਰੀ ਦੁਨੀਆ 'ਚ ਫੈਲੀ ਹੋਈ ਹੈ ਸਾਡੀ ਕਨਵਰਸੇਸ਼ਨ ਇਸੇ ਤਰ੍ਹਾਂ ਹਮੇਸ਼ਾ ਚੱਲ ਰਹੀਗੀ ਗੋਲ ਬੀਂਗ ਕਿ ਤੁਸੀਂ ਅਵੇਅਰ ਹੋਵੋ ਕਿ ਕੀ ਵਕ-ਵਕ ਚੀਜ਼ਾਂ ਨਾ ਕਿ ਸਿਰਫ ਉਹ ਚੀਜ਼ ਜੋ ਅੱਜ ਹੈਡਲਾਈਨ ਦੇ ਤੌਰ ਤੇ ਬਣ ਕੇ ਤੁਹਾਡੇ ਅੱਗੇ ਆਈ ਹੈ ਬਟ ਉਹ ਵੀ ਚੀਜ਼ਾਂ ਜੋ ਬੈਕ ਸਾਈਡ ਤੇ ਬਰੂ ਹੋ ਰਹੀਆਂ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਮੈਂ ਇਥੇ ਇੱਕ ਹੋਰ ਥੋੜਾ ਜਿਹਾ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੀ ਹਾਂ ਕੱਲ ਆਪਾਂ ਸਪੈਸ਼ਲ ਮੁੱਦਾ ਲੈ ਕੇ ਆ ਰਹੇ ਹਾਂ ਟੈਕਸੀ ਮੈਡਲੀਅਨਸ ਨੂੰ ਲੈ ਕੇ ਕਿਸ ਤਰ੍ਹਾਂ ਟੈਕਸੀ ਮੈਡਲੀਅਨ ओनर्स अफेक्ट ਹੋਏ ਹਨ ਕਰੋਨਾ ਵਾਇਰਸ ਤੇ ਕੀ ਉਹਨਾਂ ਦੇ ਕੋਲ ਅੱਜ ਦੀ ਡੇਟਵਿਡ 옵ਸ਼ਨਸ ਹਨ ਅਗਰ ਉਹ ਇਸ ਚੀਜ਼ ਤੋਂ ਬਚਣਾ ਚਾਹੁੰਦੇ ਆਪਣੀ ਸਿਚੁਏਸ਼ਨ ਨੂੰ ਇੰਪਰੂਵ ਕਰਨਾ ਚਾਹੁੰਦੇ ਇਹਦੀ ਗੱਲ ਕੱਲ ਦੇ ਮੁੱਦੇ ਵਿੱਚ ਕਰਾਂਗੇ ਅੱਜ ਲਈ ਮੈਨੂੰ ਦਿਓ ਇਜਾਜ਼ਤ ਤੁਸੀਂ ਹਮੇਸ਼ਾ ਸਾਨੂੰ ਕੰਟੈਕਟ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ info@justbroadcasting.com ashmita@justbroadcasting.com ਥੈਂਕ ਯੂ ਫॉर ਵਾਚਿੰਗ ਐਂਡ ਸਸਾਇਰ ਕਾਲ